ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਖਬਰਾਂ ਦੀ ਖਬਰ ਲਏ, ਸਭ ਦੀ ਖਬਰ ਲਏ, ਸਭ ਨੂੰ ਖਬਰ ਦੇ। ਖਬਰਾਂ, ਸੁਰਖੀਆਂ, ਜੋ ਕੁਝ ਘਟਨਾਵਾਂ ਵਾਪਰ ਰਹੀਆਂ ਹਨ, ਜੋ ਸਾਡੇ ਆਲੇ ਦੁਆਲੇ ਚੱਲ ਰਹੀਆਂ ਹਨ, ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਅਸੀਂ ਆਪ ਦੇ ਨਾਲ ਸਾਂਝਾ ਕਰੀਏ। ਇਸ ਦੇ ਲਈ ਜੋ ਵੀ ਸੁਰਖੀਆਂ, ਜਿਹੜੀਆਂ ਖਾਸ ਸੁਰਖੀਆਂ ਹਨ, ਸਾਡੀ ਕੋਸ਼ਿਸ਼ ਹੁੰਦੀ ਹੈ ਉਹਨਾਂ ਨੂੰ ਅਸੀਂ ਆਪ ਤੱਕ ਜ਼ਰੂਰ ਸਾਂਝਾ ਕੀਤਾ ਜਾਏ। ਸਭ ਤੋਂ ਪਹਿਲਾਂ ਜਿਹੜੀਆਂ ਸੁਰਖੀਆਂ ਖਾਸ ਸਾਡੇ ਕੋਲ ਹਨ, ਅਸੀਂ ਉਹ ਪਹਿਲਾਂ ਆਪ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲੀ ਜਿਹੜੀ ਸੁਰਖੀ ਹੈ, ਰਾਹੁਲ ਗਾਂਧੀ ਜਿਹੜੇ ਕਿ ਕਾਂਗਰਸ ਦੇ ਜਨਰਲ ਸਕੱਤਰ ਹਨ, ਅੱਜ ਉਹਨਾਂ ਨੇ ਬੜੇ ਹੀ ਇੱਕ ਨਾਟਕਈ ਅੰਦਾਜ਼ ਵਿੱਚ, ਡਰਾਮਾਈ ਅੰਦਾਜ਼ ਦੇ ਵਿੱਚ ਮੋਟਰਸਾਈਕਲ ਦੀ ਪਿਛਲੀ ਸੀਟ ਦੇ ਉੱਤੇ ਬਹਿ ਕੇ, ਉਹ ਵੱਟਾ ਇੱਕ ਪਿੰਡ ਹੈ ਜਿਹੜਾ ਯੂਪੀ ਦੇ ਵਿੱਚ ਪੈਂਦਾ ਹੈ, ਉੱਥੇ ਕਿਸਾਨਾਂ ਦੀ ਐਜੀਟੇਸ਼ਨ ਚੱਲ ਰਹੀ ਹੈ, ਉਸ ਦੇ ਵਿੱਚ, ਉਸ ਐਜੀਟੇਸ਼ਨ ਦੇ ਵਿੱਚ ਉਹ ਮੋਟਰਸਾਈਕਲ ਦੇ ਉੱਤੇ ਬੈਠ ਕੇ ਗਏ ਔਰ ਕਿਸੇ ਨੂੰ ਪਤਾ ਵੀ ਨਹੀਂ ਲੱਗਾ। ਇਹ ਕੈਸੀ ਸਿਕਿਉਰਿਟੀ ਹੈ ਕਿ ਰਾਹੁਲ ਗਾਂਧੀ ਵਰਗੀ ਸ਼ਖਸੀਅਤ ਇੱਕ ਮੋਟਰਸਾਈਕਲ ਦੇ ਉੱਤੇ ਬੈਠ ਕੇ ਉਹ ਚੁੱਪ ਚੁਪੀਤੇ ਯੂਪੀ ਦੇ ਵਿੱਚ ਦਾਖਲ ਹੋ ਜਾਂਦੀ ਹੈ। ਪਰ ਕਾਫੀ ਦੇਰ ਰਾਤ ਜਦੋਂ ਹੋਰ ਵੀ ਵਰਕਰ ਪਹੁੰਚ ਗਏ ਉਹ ਜਗ੍ਹਾ ਜਿੱਥੇ ਕਿਸਾਨਾਂ ਦਾ ਔਰ ਪੁਲਿਸ ਦਾ ਉੱਥੇ ਝੜਪਾਂ ਚੱਲ ਰਹੀਆਂ ਸਨ ਔਰ ਉਹ ਕਿਸਾਨ ਅੰਦੋਲਨ ਬਹੁਤ ਹੀ ਗੰਭੀਰ ਹਾਲਤ ਵਿੱਚ ਪਹੁੰਚਿਆ, ਉਹਦੇ ਵਿੱਚ ਰਾਹੁਲ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਉਣ ਵਾਲੇ ਸਮੇਂ ਵਿੱਚ ਇਸ ਦੇ ਕਈ ਗੰਭੀਰ ਨਤੀਜੇ, ਕਈ ਗੰਭੀਰ ਅੰਜਾਮ ਵੀ ਹੋ ਸਕਦੇ ਹਨ ਔਰ ਇਹ ਰਾਜਨੀਤੀ ਨੂੰ ਇੱਕ ਨਵਾਂ ਮੋੜ ਦੇਵੇਗਾ। ਦੂਸਰੀ ਜਿਹੜੀ ਇੱਕ ਸੁਰਖੀ ਹੈ ਉਹ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਹੜੀ ਕਿ ਸਿੱਖ ਪੰਥ ਦੀ ਸਾਰ ਅੱਗ ਹੈ, ਰੂਹ ਹੈ, ਜਿੰਦ ਜਾਨ ਹੈ। ਜਦੋਂ ਧਰਮ ਯੁੱਧ ਮੋਰਚਾ, ਉਸ ਤੋਂ ਪਹਿਲਾਂ ਸਾਰੇ ਸਿੱਖ ਜਗਤ ਦੀ ਇੱਕ ਮੰਗ ਸੀ, ਸਾਰੇ ਸਿੱਖ ਜਗਤ ਦੀ ਭਾਵਨਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਕੀਰਤਨ ਹੈ, ਜੋ ਦਰਬਾਰ ਸਾਹਿਬ ਤੋਂ ਜੋ ਕੀਰਤਨ ਆਉਂਦਾ ਹੈ, ਤਕਰੀਬਨ 24 ਘੰਟੇ ਹੀ, ਜਿਹੜੇ 3-4 ਘੰਟੇ ਸੇਵਾ ਦੇ ਹੁੰਦੇ ਹਨ ਉਹਨਾਂ ਨੂੰ ਛੱਡ ਕੇ ਬਾਕੀ ਸਾਰਾ ਸਮਾਂ ਨਿਰੋਲ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਕੋਈ ਲੈਕਚਰ ਨਹੀਂ, ਕੋਈ ਕਥਾ ਨਹੀਂ, ਕੋਈ ਵਿਖਿਆਨ ਨਹੀਂ, ਕੋਈ ਜੈਕਾਰਾ ਨਹੀਂ, ਕੇਵਲ ਰੱਬ ਦੀ ਉਸਤਤ ਦਾ ਉਹ ਇਲਾਹੀ ਕੀਰਤਨ ਉਸ ਥਾਂ 'ਤੇ ਹੁੰਦਾ ਹੈ। ਐਸਾ ਦੁਨੀਆ ਦੇ ਵਿੱਚ ਕੋਈ ਹੋਰ ਥਾਂ ਨਹੀਂ ਜਿੱਥੇ ਇਸ ਤਰ੍ਹਾਂ ਦੀ ਕੇਵਲ ਰੱਬ ਦੀ ਇਬਾਦਤ, ਰੱਬ ਦੀ ਉਸਤਤ ਗਾਇਨ ਕੀਤੀ ਜਾਂਦੀ ਹੋਵੇ। ਹਰਿਮੰਦਰ ਸਾਹਿਬ ਦੇ ਕੀਰਤਨ ਨੂੰ ਸੁਣਨ ਦੀ ਲੋਚਾ ਹਰ ਵਿਅਕਤੀ ਦੀ, ਹਰ ਗੁਰੂ ਨਾਨਕ ਨਾਮ ਲੇਵਾ ਦੀ ਸੀ ਔਰ ਇਸ ਦੇ ਲਈ ਕਮਾਲ ਹੈ, ਇਹ ਛੋਟੀ ਜਿਹੀ ਮੰਗ ਵੀ ਸਰਕਾਰ ਨਹੀਂ ਸੀ ਮੰਨ ਰਹੀ। ਬੜੀ ਮੁਸ਼ਕਲ ਦੇ ਨਾਲ ਜਦੋਂ ਧਰਮ ਯੁੱਧ ਮੋਰਚੇ 'ਚ ਵੀ ਸੀ, ਉਸ ਦੇ ਬਾਅਦ ਸਾਕਾ ਨੀਲਾ ਤਾਰਾ ਬਲਿਊ ਸਟਾਰ ਦੀ ਐਡੀ ਵੱਡੀ ਕੀਮਤ ਦੇ ਕੇ, ਤਾਂ ਫਿਰ ਕੁਛ ਘੰਟਿਆਂ ਲਈ ਸ਼ੁਰੂ ਕੀਤਾ ਗਿਆ ਔਰ ਆਲ ਇੰਡੀਆ ਰੇਡੀਓ ਤੋਂ ਬਹੁਤ ਥੋੜ੍ਹੇ ਸਮੇਂ ਲਈ ਸਵੇਰੇ ਸ਼ਾਮ ਉਹ ਕੀਰਤਨ ਰਿਲੇਅ ਹੁੰਦਾ। ਮੰਗ ਬਦਸਤੂਰ ਜਾਰੀ ਹੈ ਕਿ ਉੱਥੋਂ ਦਾ ਕੀਰਤਨ ਸਾਰੇ ਦੁਨੀਆ ਦੇ ਵਿੱਚ
नशर किया जाए। हुण तकनोलॉजी बदल गई है, सरकार दा कंट्रोल, सरकारी नियंत्रण काफ़ी हद तक हुण पतला पैंदा जा रहा है। तो अज दी टेक्नोलॉजी दे नाल जेकर श्रोमणी गुरद्वारा प्रबंधक कमेटी चाहे तो 24 घंटे उसका कीर्तन हरिमंदर साहब तो इंटरनेट ते या होर तरीकों के नाल या लाइव स्ट्रीमिंग ते टीवी दे उत्ते भी वह करवा सकती है। आस की जाती है कि इस पासे वल श्रोमणी गुरद्वारा प्रबंधक कमेटी ने एक बहुत ही शलाघायोग कदम चुकया 2000 दे विच कि उन्होंने ETC नूं वो अधिकार दिते उसदे ब्रॉडकास्ट, टैलीकास्ट, स्ट्रीमिंग, रिकॉर्डिंग, रीप्लेइंग वो सारे दे सारे अधिकार उन्होंने ETC नूं दिते और वो उसकी म्याद हुण सितंबर 2011 दे विच पूरी हो रही है। वो जिहड़ा कॉन्ट्रैक्ट सी वो 2011 सितंबर दे विच हुण पुग रहा है। किसी एडवोकेट प्रीतम सिंह ने पंजाब अते हरियाणा हाई कोर्ट दे विच एक रिट दाखिल की कि वो एक तरफा कार्रवाई सी, किसी नूं दस्या नहीं गया, किसी दे टेंडर नहीं ले गए, हुण जिहड़ा है उसनों डायरेक्शन दिती जाए का ये जिहड़ा कानून जिहड़ा एग्रीमेंट सी वो गलत सी। हाई कोर्ट ने उसनों इरैशनल या गलत करार देने तो इनकार करदियां पटीशनर नूं कहा कि तुसीं श्रोमणी गुरद्वारा प्रबंधक कमेटी नूं अप्रोच करो और आने वाले समय दे विच हुण दोबारा जदों उसदे टेंडर लए जाणगे आस कीती जांदी है कि सारे संसार दे विच इसदा दायरा हुण मौका है कि वह दायरा बहुत ही वसीह हो जाएगा ते जदों भी चाहे हर साधन दे उत्ते दुनिया भर दे विच जिथे भी जो भी गुरु नानक नाम लेवा जिसनों हरिमंदर साहब दे नाल जुड़ना चाहता है वो उत्थों दा कीर्तन दा आनंद माण सके। आस कीती जांदी है कि नवें बदले हुए हालात दे विच नवीं बदली हुई टेक्नोलॉजी दा ये पूरा पूरा फायदा उठाया जा सकेगा। तीसरी जिहड़ी एक होर छोटी जी सुरखी है वह है विनायक सैन, जिन्हां नूं विनायक सैन उन्हां दा नाम सरकार दियां नज़रां विच शक्की सी पर प्लैनिंग कमीशन दे जिहड़ी कमेटी बनाई गई उस दे विच उन्हां दा नाम आण दे उत्ते हैल्थ कमेटी दे विच सरकार बड़ी शशोपंज विच और बड़ी जिच वाली हालत हो गई कि ये किवें होया है। इस तो बाद जिहड़ी अगली खबर सी वो सी पंजाब दे विच BJP दे मंत्री, BJP दे पार्लीमेंट्री सैकटरी, चीफ पार्लीमेंट्री सकत्तर राजकुमार खुराना और श्री स्वर्णा राम जदों ये करप्शन दे घेरे विच आए हैं उन्हां दे उत्ते कार्रवाई होई। स्वर्णा राम जी दे जिहड़ा PA है उसनों भी अरैसट किया गया, उसनों भी कैद किया गया। BJP लई एक बड़ी नमोशी की गल है, BJP दी हाई कमांड ने हुण इस सारे चक्कर चों निकलण लई इस सारी जो नमोशी हो रही है उस बदनामी तो बचण लई उन्होंने हुण एक प्लैनिंग कड़ी है और वो कोई रस्ता लभ रहे हैं क्योंकि BJP दा आण वालियां चोणां च या देश की राजनीति विच इक्को एक मुद्दा सी कि केंद्र सरकार कांग्रेस की सरकार भ्रष्ट सरकार है, इस दे उत्ते इस नूं हटाया जाना चाहिए, भ्रष्टाचार दे उत्ते वो सरकार दे उत्ते लगातार हमले करते रहे सन। पर हुण जदों कि उन्हां दे अपने ही मंत्री पंजाब दे जदों इस घेरे दे विच आए हन उन्हां लई अजीब एक स्थिति बन गई है, अजीब हालत है और वो इस तों निकलण दा कोई राह लभ रहे हन। उसदा राह शायद इस तरीके नालों सोच रहे हन कि असीं कोशिश करिए कि वो टीम बदलीए या उन्हां नावां दे विच कोई तब्दीली करिए या होर किसी तरीके दे नाल उन्हां दे उत्ते हाई लैवल दे उत्ते इस गल दी बहुत गंभीर चर्चा हो रही है कि इस दे लई कुछ ना कुछ हुण जरूर करना पएगा। उन्हां लई एक बहुत ही
महत्वपूर्ण मुद्दा है। एक सुर्खी जो लगातार चलती आ रही है और जो कि शायद आने वाले समय विच भी चलेगी, वह है खालसा कॉलेज का स्वरूप की रहेगा। असी जदों ये खबर आई सी सेव खालसा कॉलेज के नाँ के उत्ते असी एक प्रोग्राम शुरू किया सी, आप तक वो सारा वेरवा पूरा विस्तार आप तक पहुँचाया सी। हुण हालत ये हुई है कि उन्हां दी एजिटेशन जिहड़े टीचर्स हन अध्यापक हन वो तो चल ही रही सी, उन्हां दे उत्ते मुकदमे भी चल रहे हैं, उन्हां दे उत्ते क्रिमिनल चार्जिज भी हैं, उन्हां टीचर्स दे विच्चों कईआं दे अहुदे भी घटा दिते गए, हैड ऑफ द डिपार्टमेंट हटा दिता गया। हुण दो मैंबर जिहड़े उन्हां दी गवर्निंग काउंसल दे सन, सरदार मनजीत सिंह कलकत्ता और दूसरे भाग सिंह अणखी जिहड़े चीफ खालसा दीवान दे जनरल सकत्तर सन, इन्हां दोनों नूं भी गवर्निंग काउंसल तों हटा दिता गया। इसका साफ सुनेहा यह है कि खालसा कॉलेज की प्रबंधकी कमेटी इस मसले को हल करन दी बजाए एक वड्डी लड़ाई दे रौ विच नज़र आती है। मनजीत सिंह कलकत्ता अते पाग सिंह अणखी जी ने एक गल का ऐलान किया है, उन्होंने इशारा किया है कि वो इस मामले को अदालती कार्रवाई अदालत दे विच लैके जाणगे और इसका निर्णय कराएंगे। इस दे नाल एक होर पहलू जिहड़ा बहुत ही दिलचस्प पहलू है जिहड़ा जुड़ गया है, वो है इंस्टीट्यूट ऑफ सिख स्टडीज़ जिहड़ी कि चंडीगढ़ बेस्ड है, जिहदे अकाली दल दे नाल काफ़ी नेड़ले संबंध रहे हैं। उन्हां दी जिहड़े एक्टिंग प्रेजिडेंट बीबी बलजीत कौर, उन्होंने भी ये एक एलीगेशन लगाया है, एक बहुत ही गंभीर दोष लगाया है कि मजीठिया परिवार खालसा कॉलेज की उस जमीन नूं, खालसा कॉलेज की उस जायदाद नूं अपनी निजी जायदाद के रूप में तब्दील करना चाहते हैं। ये इंस्टीट्यूट ऑफ सिख स्टडीज़ वालों जिहड़े कि अमूमन तौर दे उत्ते कदी किसी भी कंट्रोवर्शियल इशू विच नहीं आते, बल्कि यस मैन का वो रोल अदा करते रहे हैं, पर हुण उन्हां दा इस तरीके दे नाल खुल के एक स्टैंड लैना लगता है कि ये नवा रुख अख्तियार करेगा। साड़ी तुहानू गुजारिश है कि जे खालसा कॉलेज जिहड़ा पंथ का एक हैरीटेज है, एक विरासत है, उसनू असी बचाईए, तुसी सानू जरूर सेव खालसा कॉलेज @justpunjabi.com दे उत्ते जरूर सानू ईमेल करो ताकि असी इस कार्रवाई नू अपना योगदान पाइए और इस दे लई असी आपनू समय समय दे उत्ते आगाह कर सकीए। हुण समा है एक छोटे जे ब्रेक दा, उहदे बाद मुड़ हाज़र हुंदे हां। जस पंजाबी दे सूझवान दर्शकों का वक्फे दे बाद निघा स्वागत है। अज जेड़ा विशेष मुद्दा असी लैण जा रहे हाँ वो है साडे मौजूदा इतिहास का एक ऐसा पक्ष है, एक ऐसा कल्लूकारा जिसने सानू तुर अंदर तक हिला दिता है, एक ऐसा दुख जेड़ा कि सदियों तक कदी नहीं मिटेगा। ए इसनू कोई हीलिंग टच नहीं दे सकता। वो है सचखंड श्री हरिमंदर साहब दे उत्ते होया 1984 विच ओ भयानक और दर्दनाक कल्लूकारा ब्लू स्टार दे नाँ दे उत्ते। उस तो बाद काफ़ी जो कुछ उसका प्रतिक्रम होना सी वो तां होया, सरकार वल्लों तुरंत उस दे बाद एक वाइट पेपर जारी किया गया जुलाई दे विच, जुलाई 1984 विच, जून 1984 च ये दुखांत वापरिया। मगर वो वाइट पेपर हालां 12 जबानां दे विच छापिया गया, पर वो भी उहदा मकसद गल नूं लुकाना सी, ना कि दसना। श्रोमणी गुरद्वारा प्रबंधक कमेटी वालों भी 1996 विच एक वाइट पेपर जारी किया गया, पर उस दे विच भी खाना पूर्ति ही की गई।
अंग्रेजी विच छापिया गया बहुत थोड़ी गिणती दे विच जिहड़ा आम लोकां तक नहीं पहुँच सकिया। असी हरिमंदर साहब की बैकग्राउंड बारे थोड़ी जी आप जी नाल हुणे गल कीती सी, पर अज जिहड़ा मसला है एक बहुत ही कमाल की गल है और साडे लई एक बहुत जिम्मेवारी की गल है कि उस वेले दे प्रधान जथेदार गुरचरण सिंह टोड़ा ने एक निर्णा लैंदिया होया भारत सरकार दे उत्ते 1000 करोड़ रुपए का हरजाने का दावा किया जो कि उस वेले कर दिता, पर इतने साल हो गए वो केस हाले तक उसका कोई निर्णा नहीं होया। 1000 करोड़ कुछ भी नहीं है, उसकी कोई कीमत नहीं लगा सकता, पर एक नोशनल एक जड़ी मानसिकता नूं चोट पहुँची है और ये दसन लई कि ये वाकई ही असी इस दे लई गंभीर हाँ। उस मुकदमे नूं सानूं खुशी है कि सीनियर एडवोकेट जिन्हां ने अगे भी काफ़ी 1984 बारे जो भी जुल्म तशद्दुद होया उसके केसिस पूरी तनदेही नाल कीते, सर एच एस फूलका जिहड़े सुप्रीम कोर्ट के सीनियर एडवोकेट हैं साढ़े नाल वो लाइन दे उत्ते हैं और इस केस नूं हो उन्हां दे हत्थां विच है। फूलका साहब तुहाडा बहुत बहुत स्वागत है, वाहिगुरू जी का खालसा वाहिगुरू जी की फतेह। जी वाहिगुरू जी का खालसा वाहिगुरू जी की फतेह। फूलका साहब एक बड़ी हैरानी होंदी है, वाकई कहिंदे है कि कोर्टां दे विच देरी तां हुंदी है पर कितनी देरी हुंदी है। 1985 का केस इतना लंबा समा हो गया किहड़े पासे है और एक केस है कि इहदे च मंग की कीती गई है कि केवल मॉनिटरी 1000 करोड़ ही मंगया गया या होर कोई इहदे विच गल कीती गई है इस केस के बारे और खास करके जिहड़ी टोड़ा साहब की उहदे विच स्टेटमेंट रिकॉर्ड हुई है वह एक कमाल का दस्तावेज है। सही मायने इहदे विच कहा जाए तो वह वाइट पेपर है जिहड़ी टोड़ा साहब ने 4 सालों के लगातार उसनों रिकॉर्ड कराई ऑथेंटिकेटेड हाई कोर्ट के रजिस्टर्ड कराई, वो एक बहुत कमाल का कौमी दस्तावेज है। इस सारे बारे तुसी अगर सानू दर्शकों नू थोड़ी जानकारी दिओ तो असी आप दे बहुत धन्यवादी होवांगे। नमा साहब मैं इहदे बारे भी तुहानू दस रहा पर जिहड़ा तुसी गल कीती सी ना वाइट पेपर जिहड़ा सरकार ने ते एजीपी ने इशू किया जी उहदे नाल नाल मैं तुहानू एक होर गल भी याद करावां जी। एक होर रिपोर्ट जो बड़ी ऑथेंटिक रिपोर्ट आ वो अगस्त 1984 ਦੇ ਵਿੱਚ ਹੀ ਆਈ ਸੀ ਤਾਰਕੁੰਡੇ ਰਿਪੋਰਟ। ਹਾਂਜੀ 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 ਪਰ ਉਹ ਜਸਟਿਸ ਤਾਰਕੁੰਡੇ ਤੇ ਉਹਨਾਂ ਦੇ ਗਰੁੱਪ ਨੇ ਉਹ ਰਿਪੋਰਟ ਲਿਖੀ ਸੀ। ਹਾਂਜੀ ਪਰ ਉਹ ਰਿਪੋਰਟ ਸਰਕਾਰ ਨੇ ਬੈਨ ਕਰਕੇ ਉਹ ਗਰੁੱਪ ਦੇ ਕਈ ਮੈਂਬਰਸ ਨੂੰ ਅਰੈਸਟ ਕਰ ਲਿਆ ਸੀ ਔਰ ਤਾਰਕੁੰਡੇ ਨੂੰ ਵੀ ਅਰੈਸਟ ਕਰਨ ਲੱਗੇ ਸੀ। ਅੱਛਾ ਜੀ ਉਹ ਰਿਪੋਰਟ ਤੁਸੀਂ ਦੇਖੋ ਔਰ ਉਸ ਦੇ ਵਿੱਚ ਉਹਨਾਂ ਨੇ ਇੱਕ ਪੋਸਟਮਾਰਟਮ ਰਿਪੋਰਟ ਲਗਾਈ ਹੋਈ ਹੈ। ਹਾਂਜੀ ਪੋਸਟਮਾਰਟਮ ਰਿਪੋਰਟ 'ਚ ਲਿਖਿਆ ਹੋਇਆ ਕਿ ਇੱਕ ਲਾਸ਼ ਜਦੋਂ ਹਸਪੀਟਲ ਆਈ ਪੋਸਟਮਾਰਟਮ ਵਾਸਤੇ ਉਹਦੇ ਹੱਥ ਪਿੱਛੇ ਬੰਨੇ ਹੋਏ ਸੀ ਔਰ ਗੋਲੀਆਂ ਨਾਲ ਉਹਦੀ ਮੌਤ ਹੋਈ ਜੀ। ਬਲਕਿ ਉਹ ਸ਼ਾਬ ਜ਼ਹਿਰ ਹੁੰਦਾ ਕਿ ਲੋਕਾਂ ਨੂੰ ਦੇ ਹੱਥ ਬੰਨ ਕੇ ਉਸ ਤੋਂ ਬਾਅਦ ਗੋਲੀਆਂ ਚਲਾ ਚਲਾ ਕੇ ਉਹਨਾਂ ਨੂੰ ਮਾਰਿਆ। ਹਾਂਜੀ 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 ਤਾਂ ਕਰਕੇ ਹੋਰ ਵੀ ਉਹ ਬਹੁਤ ਜ਼ਿਆਦਾ ਸਰਕਾਰ ਦੇ ਇਸ ਤਸ਼ੱਦਦ ਜੋ ਹੁੰਦਾ ਉਹ ਰਿਪੋਰਟ ਦੇ ਜ਼ਹਿਰ ਹੁੰਦਾ ਸੀ। ਇਸ ਕਰਕੇ ਇਹਨਾਂ ਨੇ ਈਵਨ ਜਸਟਿਸ ਤਾਰਕੁੰਡੇ ਵਰਗੇ ਬੰਦੇ ਨੂੰ ਉਦੋਂ ਅਰੈਸਟ ਕਰਨ ਲੱਗੇ ਉਦੋਂ ਜਦੋਂ ਕੇਸ ਚੱਲ ਰਿਹਾ ਸੀ ਉਹਦੇ ਨਾਲ ਉਹ ਐਂਟੀ ਪੰਚੋਲੀ ਤੇ ਸੁਜਿੰਦਰ ਹੁਜਾ ਐਡਵੋਕੇਟ ਉਹਨਾਂ ਨੂੰ ਅਰੈਸਟ ਕੀਤਾ ਜੀ। ਉਦੋਂ ਉਸ ਕੇਸ ਵੀ ਮੈਂ ਇਨਵੋਲਵ ਸੀ ਜੀ ਜੀ ਟਾਈਮ ਜੀ ਜੀ। ਉਹ ਰਿਪੋਰਟ ਵੀ ਜਿਹੜਾ ਸਰੋਤਿਆਂ ਨੂੰ ਦੇਖਣੀ ਚਾਹੀਦੀ ਹੈ ਉਹ ਅੱਜ ਕੱਲ੍ਹ ਅਵੇਲੇਬਲ ਨਹੀਂ ਹੈ ਜੀ ਜੀ। ਮੈਂ ਐਚਪੀਸੀ ਨੂੰ ਰਿਕੁਐਸਟ ਕੀਤੀ ਸੀ ਵੀ ਸਾਰੇ ਐਚਪੀਸੀ ਨੂੰ ਕਹੋ ਜੀ ਉਹਨੂੰ ਦੂਜੀ ਵਾਰੀ ਛੁੱਟਿਆ ਜਾਵੇ। ਠੀਕ ਹੈ ਠੀਕ ਹੈ। ਉਹ ਮੈਂ ਦੇਖਿਆ ਉਹ ਫੁਲਕਾ ਸਾਹਿਬ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਲਾਸ਼ ਦੀ ਉਹਦੇ ਹੱਥ ਪਿੱਛੇ ਬੰਨੇ ਹੋਏ ਉਹਦੇ ਵਿੱਚ ਇੱਕ ਹੋਰ ਬੜਾ ਇੰਟਰਸਟਿੰਗ ਲਿਖਿਆ ਸੀ ਟੈਰਰਿਸਟ ਏਜਡ ਅਬਾਊਟ 2 ਮੰਥਸ। ਹੁਣ ਡਾਕਟਰ ਨੂੰ ਕੀ ਪਤਾ ਹੈ ਕਿ ਕੋਈ 2 ਮਹੀਨੇ ਦੀ ਲਾਸ਼ ਹੈ ਅਤੇ ਉਹ ਟੈਰਰਿਸਟ ਹੈ। ਇਸ ਤਰ੍ਹਾਂ ਦੇ ਜਿਹੜੇ ਉਹ ਰਿਪੋਰਟਸ ਮੈਡੀਕਲ ਰਿਪੋਰਟਸ ਅਟੋਪਸੀ ਰਿਪੋਰਟਸ ਬੜੀਆਂ ਹੈਰਾਨਕੁਨ ਕਰਨ ਵਾਲੀਆਂ ਹੈ ਜੀ। ਜਸਟਿਸ ਵੀ ਐਮ ਤਾਰਕੁੰਡੇ ਦੀ ਰਿਪੋਰਟ ਜਿਹੜੀ ਸੀ ਜੀ 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 ਅੱਛਾ
टाइम सरकार ने ऑब्जेक्शन लगा दिता सी पहला तां कि इह केस चल ही नहीं सकदा। हाँ जी हाँ जी, फिर उस तो मगरों इन्हां ने ऑब्जेक्शन ने लगाया कि केस पंजाब से चलना चाहिए क्योंकि पंजाब में माहौल ठीक नहीं जी। सुप्रीम कोर्ट आ गई। हाँ जी, सुप्रीम कोर्ट काफी देर लड़न तो बाद जाके 1990 दे विच केस आ गए दिल्ली हाई कोर्ट दे चक्कर गया जी। उस तो मगरों केस दिल्ली हाई कोर्ट चल रहा है जी। ਇਹ ਜਲੰਧਰ ਦੇ ਐਡਵੋਕੇਟ ਸਨ ਮਿਸਟਰ ਸੂਦ ਜੀ, ਉਹ ਇਹ ਨੂੰ ਹੈਂਡਲ ਕਰ ਰਹੇ ਸੀ। ਅਨਫੋਰਚੂਨੇਟਲੀ ਉਹਨਾਂ ਦਾ ਚਰਨਾ ਕਰ ਗਏ ਸਾਲ ਤੋਂ ਪਹਿਲਾਂ ਜੀ, ਸਾਲ ਤੋਂ ਵੀ ਇਹ ਕੇਸ ਮੇਰੇ ਕੋਲ ਆਇਆ ਉਦੋਂ ਮੈਂ ਕਰ ਰਿਹਾ ਜੀ, ਔਰ ਇਹਦੇ ਚ ਟੋੜਾ ਸਾਹਿਬ ਦੀ ਸਾਰੀ ਸਟੇਟਮੈਂਟ ਵੀ ਰਿਕਾਰਡ ਹੋਈ ਜੀ, ਔਰ ਉਸ ਤੋਂ ਮਗਰੋਂ ਜੱਜ ਨੇ ਇਹ ਫੈਸਲਾ ਕੀਤਾ ਇਹਦੇ ਬਾਰੇ ਕਿ ਕੋਰਟ ਫੀ ਦੇ ਉੱਤੇ ਇਸ਼ੂ ਚੱਲ ਰਿਹਾ ਹਾਂ ਜੀ, ਇਹਦੇ ਤੇ ਕਿ ਆਈਜੀਪੀਸੀ ਨੇ ਕਿਹਾ ਕਿ ਬਿਨਾਂ ਕੋਰਟ ਫੀ ਪੇ ਕੀਤੇ ਹੋਏ फैसला कर दिता सी कोर्ट ने जी, एस जी पी सी नूं कोर्ट फी पे करनी चाहीदी। हाँ जी, क्योंकि इत्थे उन्होंने आके एफ डी दीआं डिटेल दे दित्तीआं ਇਹ 22 ਕਰੋੜ ਦੀ ਐਫ ਡੀ ਐਸ ਉਹਨਾਂ ਕੋਲੇ ਐਸ ਜੀ ਪੀ ਸੀ ਕੋਲੇ ਔਰ ਹੋਰ ਵੀ ਕਈ ਐਫ ਪੀ ਨੇ ਇਹਨਾਂ ਕੋਲੇ ਜੀ, ਇਹਨਾਂ ਦੇ ਕੋਲੇ ਮੀਨਸ ਹੈਗੇ ਨੇ ਜੀ ਕੋਰਟ ਫੀ ਪੇ ਕਰਨ ਦੇ ਜੀ। ਫਿਰ ਕੋਰਟ ਫੀ ਪੇ ਕਰਨ ਦਾ ਇਹ ਹੁੰਦਾ ਕਿ ਜੇ ਕਿਸੇ ਕੋਲੇ ਉਹ ਕੋਰਟ ਫੀ ਪੇ ਕਰਨ ਦੇ ਮੀਨਸ ਨਾ ਹੋਣ ਜੀ, ਤਾਂ ਉਹ ਮੁਕੱਦਮਾ ਬਿਨਾਂ ਕੋਰਟ ਫੀ ਪੇ ਕੀਤੇ ਚੱਲਦਾ ਜੀ ਜੀ। ਤੇ ਉਹ ਕੋਰਟ ਨੇ ਆਰਡਰ ਕਰ ਦਿੱਤਾ ਸੀ ਕਿ 10 ਕਰੋੜ ਰੁਪਇਆ ਕੋਰਟ ਫੀ ਕਿਤੇ ਲੱਗੇਗੀ 1000 ਦੇ ਉੱਤੇ। ਹਾਂ ਜੀ, ਤਾਂ ਤੁਸੀਂ ਉਹ ਪੇ ਕਰੋ ਜੀ। ਉਦੋਂ ਜੀਪੀਸੀ ਕੋਲੇ ਸਿਰਫ ਇਹ ਆਪਸ਼ਨਸ ਨੇ, ਜਾਂ ਤਾਂ ਤੁਸੀਂ 10 ਕਰੋੜ ਪੇ ਕਰਕੇ ਕੇਸ ਨੂੰ ਚਲਾਓ, ਨਹੀਂ ਫਿਰ ਉਹਨੂੰ ਅਮੈਂਡ ਕਰਕੇ ਹਾਂ ਜੀ ਖਜ਼ਾਨੇ ਨੂੰ ਘਟਾਓ ਜੀ, ਜਿਹੜਾ ਹਰਜਾਨਾ 1000 ਕਰੋੜਾ ਉਸਨੂੰ ਘਟਾਓ। ਹਾਂ ਜੀ। ਅੱਛਾ, ਦੂਸਰਾ ਨਾਲ ਦੀ ਨਾਲ ਇਹਦੀ ਮੇਨਟੇਨੇਬਿਲਟੀ ਵੀ ਨਹੀਂ ਫੈਸਲਾ ਹੋਇਆ। ਹਾਂ ਜੀ, ਇਹ ਸੂਟ ਮੇਨਟੇਨੇਬਲ ਹੈ ਕਿ ਨਹੀਂ ਹੈ ਜੀ, ਇਹ ਸਰਕਾਰ ਦੇ ਖਿਲਾਫ਼ ਚੱਲ ਵੀ ਸਕਦੀ ਹੈ ਕਿ ਨਹੀਂ ਚੱਲ ਸਕਦੀ ਜੀ, ਇਹ ਇਸ਼ੂ ਸੀ। ਅੱਛਾ, ਦੂਸਰਾ ਜਿਹੜਾ ਤੁਸੀਂ ਪੁੱਛਿਆ ਕਿ ਇਹਦੇ 'ਚ ਕੋਈ ਹੋਰ ਵੀ ਚੀਜ਼ ਹੈ, ਉਹ ਨਾਲ ਇਹਨਾਂ ਨੇ ਮਾਫ਼ੀ ਕਿਹਾ ਪਰ ਮਾਫ਼ੀ ਮੰਗੀ। ਹਾਂ ਜੀ, ਕਿ ਜਿਸ ਤਰੀਕੇ ਨਾਲ ਇਹ ਸਾਰਾ ਸਰਕਾਰ ਨੇ ਕੀਤਾ ਸਾਰਾ ਜੀ, ਕਾਂਗਰਸ ਕੋਲੋਂ ਮਾਫ਼ੀ ਮੰਗੀ ਜੀ ਜੀ, ਇਹ ਪ੍ਰੇਸ ਜੀ ਜੀ ਜੀ। ਹੁਣ ਜਦੋਂ ਸਾਲ ਹੋਇਆ ਜਦੋਂ ਮੈਂ ਇਸ ਕੇਸ ਵਿੱਚ ਆਇਆ ਤੇ ਮੈਂ ਉਸ ਤੋਂ ਬਾਅਦ ਆ ਕੇ ਇਸ ਅਸਲ ਦੇ ਅਗੇਂਸਟ ਅਪੀਲ ਫਾਈਲ ਕੀਤੀ। ਹਾਂ ਜੀ, ਕਿ ਪਹਿਲੀ ਗੱਲ ਤਾਂ ਇਹ ਜੋ ਕਿਹਾ ਗਿਆ ਕਿ ਇੱਥੇ ਕੋਰਟ ਫੀ ਪੇ ਕਰੋ, ਫਿਰ ਇਹ ਗੱਲ ਗਲਤ। ਦੂਸਰਾ ਜਿਹੜਾ ਮੇਨਟੇਨੇਬਲ ਹੈ ਕਿ ਨਹੀਂ ਹੈ ਜੀ, ਇਹਦੀ ਮੇਨਟੇਨੇਬਿਲਟੀ ਦਾ ਫੈਸਲਾ ਪਹਿਲਾਂ ਕੀਤਾ ਜਾਵੇ। ਹਾਂ ਜੀ ਹਾਂ ਜੀ, ਕੋਰਟ ਫੀ ਪੇ ਕਰਨ ਤੋਂ ਪਹਿਲਾਂ ਤੁਸੀਂ ਇਹ ਫੈਸਲਾ ਕਰੋ ਕਿ ਮੇਨਟੇਨੇਬਲ ਹੈ। ਹਾਂ ਜੀ, ਜੇ ਸੂਟ ਮੇਨਟੇਨੇਬਲ ਹੈ ਹਾਂ ਜੀ, ਤਾਂ ਕਿੱਦਾਂ ਸੀ ਕੋਰਟ ਫੀ ਪੇ ਕਰੀਏ? ਬਿਲਕੁਲ ਬਿਲਕੁਲ ਬਿਲਕੁਲ, ਜੇ ਫਿਰ ਐਜੀਪੀਸੀ ਫੈਸਲਾ ਕਰੇਗੀ ਕਿ 10 ਕਰੋੜ ਪੇ ਕਰਨੀ ਹੈ ਜਾਂ ਉਹਦਾ ਹਰਜਾਨਾ 1000 ਕਰੋੜ ਤੋਂ ਘਟਾ ਕੇ ਜੀ, ਫਿਰ ਉਹਦੇ ਤੇ ਫਿਰ ਪੇ ਕਰਨਾ ਜੀ ਜੀ ਜੀ। ਅਤੇ ਫੁਲਕਾ ਸਾਹਿਬ, ਤੁਹਾਡੀ ਕਾਬਲੀਅਤ, ਤੁਹਾਡੀ ਲਿਆਕਤ, ਇਸ ਕੇਸ ਨੂੰ ਜਿਵੇਂ ਤੁਸੀਂ ਹੈਂਡਲ ਕਰ ਰਹੇ ਹੋ, ਇਹਦੇ ਵਿੱਚ ਇਸ਼ੂ ਕੋਰਟ ਫੀਸ ਦਾ, ਮੇਨਟੇਨੇਬਿਲਿਟੀ ਦਾ, ਔਰ ਇਹ ਜਿੰਨੇ ਇਸ਼ੂ ਹੈ ਉਸ ਨੂੰ ਭਾਵੇਂ ਉਹ ਪ੍ਰੋਪਰ ਡਿਕਲੇਅਰ ਕਰਾ ਕੇ, ਪਰ ਉਹ ਸਾਰਾ ਕੁਛ ਨਾ ਕਰਦਿਆਂ ਹੋਇਆਂ, ਪਰ ਜੇਕਰ ਇਤਨਾ ਅਹਿਮ ਔਰ ਮਹੱਤਵਪੂਰਨ ਕੇਸ ਹੈ, ਪਰ ਆਮ ਲੋਕਾਂ ਵਿੱਚ ਇਸ ਦੇ ਪ੍ਰਤੀ ਕਿਉਂ ਉਦਾਸੀਨਤਾ ਜਾਂ ਜਾਗਰੂਕਤਾ ਨਹੀਂ ਹੈ? ਕਿਸੇ ਨੂੰ ਪਤਾ ਵੀ ਨਹੀਂ ਬਹੁਤਾ, ਜਾਂ ਨਾ ਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਨਾ ਹੀ ਕਿਸੇ ਨੇ ਇਸ ਦੇ ਉੱਤੇ ਕਦੀ ਕਮੈਂਟ ਕੀਤੇ, ਇਹ ਚੁੱਪ ਚੁਪੀਤੇ ਇਹ ਸਾਰਾ ਕੰਮ ਕਿਉਂ ਹੋਇਆ ਹੈ? ਦੇਖੋ, ਇਹ ਤਾਂ ਇਹਦੇ ਬਾਰੇ ਤਾਂ ਮੈਂ ਨਹੀਂ ਕੁਛ ਕਹਿ ਸਕਦਾ ਜੀ, ਇਹ ਤਾਂ ਹੁਣ ਜਾਂ ਤਾਂ ਐਜੀਪੀਸੀ ਦੱਸ ਸਕਦੀ ਹੈ ਤੇ ਜਾਂ ਮੀਡੀਆ ਦੱਸ ਸਕਦਾ। ਹਾਂ ਨਹੀਂ, ਮੀਡੀਆ ਵੀ ਬਿਲਕੁਲ ਉਸਨੇ ਕੋਈ ਇਹਦੇ 'ਤੇ ਧਿਆਨ ਨਹੀਂ ਦਿੱਤਾ, ਮੈਂ ਮੀਡੀਆ ਦੀ ਗੱਲ ਕਰ ਰਿਹਾ, ਜਾਂ ਆਮ ਸੰਗਤ, ਜਿਵੇਂ ਤੁਸੀਂ ਤਾਰਕੁੰਡੇ ਰਿਪੋਰਟ ਕਹੀ ਜਾਂ ਹੋਰ ਵੀ ਰਿਪੋਰਟਸ ਆਈਆਂ ਸੀ, ਉਹ ਸਾਰੀਆਂ ਲੋਕਾਂ ਦੀ ਨੌਲੇਜ 'ਚ ਹੈ, ਪਰ ਇਸ ਦੇ ਬਾਅਦ ਇਹ ਇਤਨਾ ਅਹਿਮ ਕੇਸ ਹੈ, ਔਰ ਜਿਹੜਾ ਮਤਲਬ ਇਹਦੇ ਵਿੱਚ ਖਾਸ ਕਰਕੇ ਟੋੜਾ ਸਾਹਿਬ ਨੇ ਜਿਹੜਾ ਉਹ ਬਿਆਨ ਦਿੱਤਾ ਹੈ, ਜਿਹੜੇ ਰਿਕਾਰਡ ਕਰਾਏ ਹੈ, ਉਹਦੇ ਵਿੱਚ ਇਤਨਾ ਕੁਛ ਉਹਨਾਂ ਨੇ ਪੂਰਾ ਇਤਿਹਾਸ ਦੱਸ ਦਿੱਤਾ ਹੈ, ਸਿੱਖ ਕੌਮ ਦਾ ਇਤਿਹਾਸ, ਹਰਿਮੰਦਰ ਸਾਹਿਬ ਦਾ ਇਤਿਹਾਸ, ਉਹ ਸਾਰਾ ਉਹ ਤਾਂ ਇੱਕ ਬਹੁਤ ਹੀ ਕਮਾਲ ਦਾ ਦਸਤਾਵੇਜ਼ ਹੈ। ਜੇਕਰ ਇਹ ਕੇਸ ਕਾਨੂੰਨੀ ਨੁਕਤਿਆਂ ਦੇ ਕਰਕੇ, ਫੀਸ ਕਰਕੇ ਅਗਰ ਰਿਜੈਕਟ ਹੋ ਜਾਂਦਾ, ਕੀ ਇਹ ਕੌਮ ਦੇ ਲਈ ਇੱਕ ਬੜੀ ਨਮੋਸ਼ੀ ਔਰ ਬਦਕਿਸਮਤੀ ਨਹੀਂ ਕਹੀ ਜਾਏਗੀ? ਦੇਖੋ, ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਜੀ,
ਫੀਸ ਵੀ ਪੇ ਹੋਈ ਕਰਨਾ ਉਹਦੇ ਬੇਸ ਤੇ ਤਾਂ ਨਹੀਂ ਹੋਣਾ ਚਾਹੀਦਾ ਜੀ ਜਿਵੇਂ ਮੇਨਟੇਨੇਬਿਲਟੀ ਦਾ ਇਸ਼ੂ ਦਾ ਡਿਸਾਈਡ ਹੋਣਾ ਚਾਹੀਦਾ ਨਾ ਹਾਂਜੀ ਬਿਲਕੁਲ ਕਿਉਂਕਿ ਹੁਣ ਜਦੋਂ ਅਪੀਲ ਅਸੀਂ ਪੈਂਡਿੰਗ ਕੀਤੀ ਹੋਈ ਹੈ ਜੀ ਅਪੀਲ ਦੇ ਵਿੱਚ ਜਿਹੜਾ ਪੈਂਡਿੰਗ ਪਿਆ ਹੈ ਕਿ ਕੋਰਟ ਇਹ ਫੈਸਲਾ ਕਰੇ ਕਿ ਇਹ ਮੇਨਟੇਨੇਬਲ ਹੈ ਕਿ ਨਹੀਂ ਹੈ ਹਾਂਜੀ ਹਾਂਜੀ ਫੀਸ ਪੇ ਕਰਨ ਦਾ ਜਿਹੜਾ ਇਸ਼ੂ ਆ ਉਹ ਤੋਂ ਬਾਅਦ ਰਿਹਾ ਜਾਵੇ ਠੀਕ ਹੈ ਠੀਕ ਹੈ ਤੁਸੀਂ ਪੇ ਕਰਦੇ ਹੋ ਜੀ 10 ਕਰੋੜ ਰੁਪਈਆ ਪੇ ਕਰਦੇ ਹੋ ਹਾਂਜੀ ਪੇ ਕਰਨ ਤੋਂ ਬਾਅਦ ਉਦੋਂ ਬਾਅਦ ਕੋਰਟ ਕਹਦੇ ਕਿ ਤਾਂ ਮੇਨਟੇਨੇਬਲ ਨਹੀਂ ਹੈ ਹਾਂਜੀ ਹਾਂਜੀ ਫੁਲਕਾ ਸਾਹਿਬ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਅਖੀਰ ਦੇ ਵਿੱਚ ਉਸਦੇ ਬਾਅਦ ਫਿਰ 2 ਮਿੰਟ ਹੋਰ ਆਪਣਾ ਗੱਲ ਕਰਾਂਗੇ ਤੁਸੀਂ ਕਿਰਪਾ ਕਰਕੇ ਲਾਈਨ ਤੇ ਰਹਿਣਾ ਤੇ ਇਸ ਤੋਂ ਬਾਅਦ ਅਸੀਂ ਅਗਲੇ ਵਕਫੇ ਤੋਂ ਬਾਅਦ ਮੁੜ ਹਾਜ਼ਰ ਹੁੰਦੇ ਹਾਂ ਫਿਰ ਆਪ ਨਾਲ ਇਸ ਦੇ ਉੱਤੇ ਅੱਗੇ ਚਰਚਾ ਜਾਰੀ ਰੱਖਾਂਗੇ ਇੱਕ ਵਕਫਾ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ ਕੌਮ ਦੇ ਲਈ ਸਭ ਤੋਂ ਅਹਿਮ ਮਸਲਾ ਕੌਮ ਦੀ ਰੂਹੇ ਰਵਾਂ ਉਸਦੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ 1984 ਵਿੱਚ ਹੋਏ ਘੱਲੂਘਾਰੇ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਨੇ ਇੱਕ ਮੁਕੱਦਮਾ ਪੰਜਾਬ ਦੇ ਵਿੱਚ ਦਾਖਲ ਕੀਤਾ ਭਾਰਤ ਸਰਕਾਰ ਦੇ ਖਿਲਾਫ 1,000 ਕਰੋੜ ਹਰਜਾਨੇ ਦਾ ਉਹ ਮੁਕੱਦਮਾ ਕਾਫੀ ਦੇਰ ਚੱਲਦਾ ਰਿਹਾ ਸੁਪਰੀਮ ਕੋਰਟ ਵਿੱਚ ਤਬਦੀਲ ਹੋਇਆ ਉਹਦੇ ਬਾਅਦ ਆਖਰ ਵਿੱਚ ਦਿੱਲੀ ਹਾਈ ਕੋਰਟ ਵਿੱਚ ਉਹ ਕੇਸ ਆ ਗਿਆ ਹੁਣ ਉਸਦੇ ਵਿੱਚ ਜਿਹੜੀ ਸਟੇਜ ਹੈ ਜਾਂ ਤਾਂ ਉਹਦੀ ਫੀਸ 22 ਕਰੋੜ ਹੋਏਗੀ ਪੰਜਾਬ ਮੁਤਾਬਕ ਜਾਂ ਦਿੱਲੀ ਮੁਤਾਬਕ 10 ਕਰੋੜ ਹੋਏਗੀ ਸੂਟ ਮੇਨਟੇਨੇਬਲ ਹੈ ਵੀ ਹੈ ਕਿ ਨਹੀਂ ਉਸ ਕੇਸ ਨੂੰ ਸਰਦਾਰ HS ਫੂਲਕਾ ਸੀਨੀਅਰ ਐਡਵੋਕੇਟ ਜਿਹੜੇ ਸੁਪਰੀਮ ਕੋਰਟ ਦੇ ਹਨ ਉਹ ਕੇਸ ਨੂੰ ਲੜ ਰਹੇ ਹਨ ਉਹ ਇਸ ਕੇਸ ਨਾਲ ਪੂਰੀ ਤਰ੍ਹਾਂ ਵਾਕਫ ਹਨ ਅਤੇ ਫੂਲਕਾ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਬਾਅਦ ਕੀ ਕਰਨਾ ਚਾਹੀਦਾ ਅਤੇ ਕੀ ਹੋਏਗਾ ਸਾਨੂੰ ਆਮ ਸਿੱਖ ਇਹਦੇ ਲਈ ਕੁਛ ਕਰ ਸਕਦਾ ਜਾਂ ਸ਼੍ਰੋਮਣੀ ਕਮੇਟੀ ਇਹਦੇ ਲਈ ਕੀ ਕਰ ਸਕਦੀ ਹੈ ਜਾਂ ਕੇਵਲ ਉਹ ਵਕੀਲਾਂ ਨੇ ਅਤੇ ਕੋਰਟ ਨੇ ਹੀ ਕਰਨਾ ਜਾਂ ਸਿਰਫ ਮਾਮਲਾ ਅਦਾਲਤ ਔਰ ਵਕੀਲਾਂ ਦੇ ਵਿਚਕਾਰ ਹੈ ਦੇਖੋ ਇਸ ਟਾਈਮ ਦਾ ਜਿਹੜਾ ਮਾਮਲਾ ਹੈ ਵਕਾਲਤ ਔਰ ਵਕੀਲਾਂ ਦੇ ਵਿਚਕਾਰ ਹੀ ਹੈ ਜਿਹੜਾ ਕਹਿ ਰਹੇ ਹਾਂ ਕਿ ਵੀ ਫੈਸਲਾ ਕਰੋ ਜੀ ਕਿ ਇਹ ਸੂਟ ਮੇਨਟੇਨੇਬਲ ਹੈ ਕਿ ਨਹੀਂ ਹੈ ਪਹਿਲਾਂ ਇਹਦਾ ਫੈਸਲਾ ਕਰੋ ਤੇ ਉਸ ਤੋਂ ਬਾਅਦ ਕੋਰਟ ਫੀ ਦੀ ਗੱਲ ਹੋਵੇ ਜੀ ਗੱਲ ਇਹ ਹੈ ਕਿ ਜੋ ਕੋਰਟ ਫੀ ਦੀ ਗੱਲ ਹੋ ਗਈ ਉਸ ਤੋਂ ਬਾਅਦ ਇੱਕ ਜਿਹੜਾ ਹੀ ਟਾਈਮ ਮਿਲੇਗਾ ਜੀ ਉਹਨੂੰ ਕੌਮ ਨੇ ਤੇ IGPC ਪਹਿਲਾਂ ਇਹ ਫੈਸਲਾ ਕਰਕੇ ਰੱਖੇ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਬਿਲਕੁਲ ਠੀਕ ਕਿ ਅਸੀਂ 1,000 ਕਰੋੜ ਦੀ ਕੋਰਟ ਫੀ ਪੇ ਕਰਨੀ ਹੈ ਜਾਂ ਅਸੀਂ ਇਹਨੂੰ ਹਰਜਾਨੇ ਨੂੰ ਘਟਾਉਣਾ ਜੀ ਜੀ ਵਿੱਚੋਂ ਕਈ ਲੋਕਾਂ ਦੇ ਵਿੱਚ ਸ਼ੁਰੂ ਤੋਂ ਵਿਚਾਰ ਸੀਗਾ ਕਿ ਇਹਨੂੰ ਨੋਮੀਨਲ ਰੱਖੋ ਹਾਂਜੀ ਚਲੋ ਜੀ ਜਿਹੜੇ ਮਾਫੀ ਮੰਗਣਾ ਉਹ ਮੇਨ ਚੀਜ਼ ਰੱਖੋ ਹਾਂਜੀ ਜਾਨੇ ਨੂੰ ਤੁਸੀਂ ਨੋਮੀਨਲ ਤੇ ਰੱਖੋ ਜਿਵੇਂ ਜਿਵੇਂ ਕੋਈ 100 ਕਰੋੜ ਰੱਖ ਲਓ ਜਾਂ ਕੋਈ ਇਸ ਤਰ੍ਹਾਂ ਰੱਖ ਲਓ ਹਾਂ ਨੋਸ਼ਨਲ ਜੀ ਜੀ ਤੇ ਉਹ ਸਾਰਾ ਫੈਸਲਾ ਕੌਮ ਨੇ ਕਰਨਾ ਜੀ ਇੱਕ ਹੁਣ ਕੌਮ ਤੇ ਜੇ ਤੁਸੀਂ ਰੋਲ ਹੋ ਗਏ ਇਹ ਕੌਮ ਤੇ IGPC ਇਹ ਫੈਸਲਾ ਕਰ ਰੱਖੇ ਜੀ ਕਿ ਅਸੀਂ ਕੀ ਕਰਨਾ ਕਿਉਂਕਿ ਉਸ ਤੋਂ ਬਾਅਦ ਸਿਰਫ ਇੱਕ ਮਹੀਨੇ ਦਾ ਹੀ ਟਾਈਮ ਮਿਲੇਗਾ ਮਹੀਨੇ ਦੇ ਵਿੱਚ ਫੈਸਲਾ ਕਰਨਾ ਪੈਣਾ ਠੀਕ ਹੈ ਇਹ ਗੱਲ IGPC ਨੂੰ ਕਹੀ ਹੋਈ ਆ ਹਾਂਜੀ ਉਹ ਆਪਣੇ ਐਗਜ਼ੀਕਟਿਵ ਦੇ ਵਿੱਚ ਜਾਂ ਪਹਿਲਾਂ ਇਹ ਵਿਚਾਰ ਕਰ ਰੱਖਣ ਜੀ ਕਿ ਅਸੀਂ ਕੀ ਕਰਨਾ ਕਿਉਂਕਿ ਇੱਕਦਮ ਉਸ ਤੋਂ ਬਾਅਦ ਕਰਨਾ ਪੈਣਾ ਜੀ 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 ਅਤੇ ਅਖੀਰ ਵਿੱਚ ਇੱਕ ਸਵਾਲ ਮਤਲਬ ਸਵਾਲ ਨਹੀਂ ਹੈ ਇੱਕ ਸੁਜੈਸ਼ਨ ਸੀ ਕਿਉਂਕਿ ਜਿਵੇਂ ਆਪਨੇ ਵੇਖਿਆ ਕਿ ਪ੍ਰਧਾਨ ਸਾਹਿਬ ਨਾਲ ਵੀ ਇਹਨਾਂ ਗੱਲ ਕੀਤੀ ਹੈ ਇਸ ਬਾਰੇ ਕਿ ਜਿਹੜਾ ਲੌਂਗੋਵਾਲ ਅਕਾਰਡ ਦੇ ਵਿੱਚ ਪਹਿਲੀ ਮਾਦੀ ਇਹ ਸੀ ਕਿ ਭਾਰਤ ਸਰਕਾਰ ਕੋਈ ਵੀ ਅਗਰ ਬਲਿਊ ਸਟਾਰ ਕਰਕੇ ਫੌਜ ਦੀ ਕਾਰਵਾਈ ਕਰਕੇ ਕੁਛ ਅਗਰ ਨੁਕਸਾਨ ਹੋਇਆ ਤਾਂ ਉਸਦੇ ਲਈ ਉਹ ਕੰਪਨਸੇਸ਼ਨ ਦੇਵੇਗੀ ਕੀ ਉਸ ਮਦ ਦੀ ਕੋਈ ਮਦਦ ਲਈ ਜਾ ਸਕਦੀ ਹੈ ਕਾਨੂੰਨੀ ਤੌਰ ਦੇ ਉੱਤੇ ਬਿਲਕੁਲ ਉਹਦੀ ਵੀ ਲਈ ਜਾਏਗੀ ਜੀ ਉਹ ਉਸਦੀ ਵੀ ਵਿੱਚ ਮਦਦ ਲਈ ਜਾਏਗੀ ਕਿ ਜਦੋਂ ਇਹ ਐਵੀਡੈਂਸ ਸਟੇਜ ਦੇ ਉੱਤੇ ਆਏਗਾ ਅੱਗੇ ਜਾ ਕੇ ਪੂਰੇ ਕੇਸ ਦੇ ਉੱਤੇ ਫਾਈਨਲ ਬਹਿਸ ਹੋਏਗੀ ਜੀ ਉਸ ਟਾਈਮ ਉਹ ਉਹਦੀ ਵੀ ਮਦਦ ਉਹ ਵੀ ਮਦਦ ਕਰੇਗਾ ਠੀਕ ਹੈ ਇਹ ਸਰਕਾਰ ਨੇ ਮੰਨਿਆ ਹੋਇਆ ਉਹ ਫੈਸਲਾ ਔਰ ਚਾਹੇ ਇਹਨਾਂ ਨੇ ਉਹ ਇੰਪਲੀਮੈਂਟ ਪੂਰੀਆਂ ਉਹਦੀਆਂ ਕਲਾਸਿਸ ਨਹੀਂ ਕੀਤੀਆਂ ਹੋਈਆਂ ਜੀ
ਜੀ ਜੀ ਪਰ ਉਹ ਵੀ ਸਾਨੂੰ ਹੈਲਪ ਕਰੇਗਾ। ਠੀਕ ਹੈ ਠੀਕ ਹੈ। ਸੋ ਫੁਲਕਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਗੰਭੀਰ ਔਰ ਕਾਨੂੰਨੀ ਔਰ ਪੇਚੀਦਾ ਮਾਮਲੇ ਨੂੰ ਤੁਸੀਂ ਆਮ ਲੋਕਾਂ ਤੱਕ ਜਾਣਕਾਰੀ ਵਿੱਚ ਲਿਆਂਦਾ ਔਰ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਾਂ ਹੋਰ ਵੀ ਜਿਹੜੇ ਇਸ ਨਾਲ ਸੰਬੰਧਿਤ ਹਨ ਉਹ ਇਸ ਮੁਕੱਦਮੇ ਦੀ ਗੰਭੀਰਤਾ ਨੂੰ ਲੈ ਕੇ, ਕਿਉਂਕਿ ਇਹ ਮੁਕੱਦਮਾ ਜੋ ਇਸ ਦੇ ਤੱਤ ਹਨ ਉਸ ਦੇ ਉੱਤੇ ਬਹੁਤ ਕੁਛ ਨਿਰਭਰ ਹੈ ਔਰ ਖਾਸ ਕਰਕੇ ਉਹਦੇ ਵਿੱਚ ਜਿਹੜਾ ਟੋੜਾ ਸਾਹਿਬ ਦਾ ਉਹ ਰਿਕਾਰਡ ਹੈ, ਜਿਹੜੇ ਉਹਨਾਂ ਨੇ ਸਵਾਲ ਉਠਾਏ ਹਨ ਉਹ ਬਹੁਤ ਹੀ ਗੰਭੀਰ ਹਨ। ਉਹਨਾਂ ਨੇ ਸਾਰਾ ਕੁਛ ਉਸ ਵਿੱਚ ਦੱਸਿਆ ਹੈ ਕਿਵੇਂ ਕਿਵੇਂ ਸਰਕਾਰ ਨਾਲ ਮੀਟਿੰਗਾਂ ਹੋਈਆਂ, ਕਿਸ ਤਰ੍ਹਾਂ ਹੋਈਆਂ, ਇਹ ਕਿਉਂ ਸਰਕਾਰ ਨੇ ਕੀਤਾ, ਉਹ ਇੱਕ ਬਿਆਨ ਉਹਨਾਂ ਦਾ ਇੱਕ ਬਹੁਤ ਹੀ ਅਹਿਮ ਦਸਤਾਵੇਜ਼ ਹੈ। ਸੋ ਤੁਹਾਡਾ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਸੋ ਪਿਆਰੇ ਦਰਸ਼ਕੋ, ਇਹ ਸਨ ਸਰ ਐਚ ਐਸ ਫੂਲਕਾ, ਜਿਨ੍ਹਾਂ ਨੇ ਸੀਨੀਅਰ ਐਡਵੋਕੇਟ ਹਨ ਔਰ ਕਾਫੀ ਗੰਭੀਰਤਾ ਦੇ ਨਾਲ ਇਸ ਕੇਸ ਨੂੰ ਲੜ ਰਹੇ ਹਨ। ਸਿਰਫ ਆਪ ਤੱਕ ਇਹ ਦੱਸਣਾ ਚਾਹੁੰਦੇ ਹਾਂ ਕਿ ਉਸ ਕੇਸ ਦੇ ਵਿੱਚ ਇਹ ਜਿਹੜਾ ਕੇਸ ਹੈ, ਇਹ ਜਿਹੜਾ ਮੁਕੱਦਮਾ ਹੈ, ਉਹਦੇ ਵਿੱਚ ਟੋੜਾ ਸਾਹਿਬ ਨੇ ਜਿਹੜਾ ਬਿਆਨ ਦਰਜ ਕਰਾਇਆ, ਜਿਹੜਾ ਕਿ 4 ਸਾਲ ਦੇ ਲੰਬੇ ਵਕਫੇ ਦੇ ਵਿੱਚ ਕਾਫੀ ਮੀਟਿੰਗਾਂ ਦੇ ਵਿੱਚ ਹੌਲੇ ਹੌਲੇ ਉਹਨਾਂ ਨੇ ਉਹ ਸਾਰਾ ਦਸਤਾਵੇਜ਼, ਸਾਰਾ ਬਿਆਨ ਰਿਕਾਰਡ ਕਰਾਇਆ ਕਿ ਸਰਕਾਰ ਨੇ ਇਹ ਕਿਉਂ ਹਮਲਾ ਕੀਤਾ, ਸਰਕਾਰ ਨੂੰ ਕੀ ਲੋੜ ਪੈ ਗਈ ਸੀ, ਹਰਿਮੰਦਰ ਸਾਹਿਬ ਕੀ ਹੈ, ਹਰਿਮੰਦਰ ਸਾਹਿਬ ਦੀ ਮਰਿਆਦਾ ਕੀ ਹੈ, ਸਾਡਾ ਇਤਿਹਾਸ ਕੀ ਹੈ, ਸਾਡੀਆਂ ਮੰਗਾਂ ਕੀ ਹਨ, ਸਾਡੀਆਂ ਰਾਜਨੀਤਿਕ, ਆਰਥਿਕ ਔਰ ਧਾਰਮਿਕ ਕਿਹੜੇ ਮਸਲੇ ਸਨ, ਔਰ ਉਹਦੇ ਵਿੱਚ ਉਹਨਾਂ ਨੇ ਉਹਨਾਂ ਸੀਕ੍ਰੇਟ ਮੀਟਿੰਗਾਂ ਦਾ ਵੀ ਹਵਾਲਾ ਦਿੱਤਾ ਹੈ, ਜਿਨ੍ਹਾਂ ਮੀਟਿੰਗਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਬਲਵੰਤ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਪ੍ਰਣਬ ਮੁਖਰਜੀ, ਹੋਰ ਸਾਰੇ ਜਿਹੜੇ ਅਹਿਲਕਾਰ ਸਨ, ਜਿਹੜੇ ਸਰਕਾਰੀ ਅਫਸਰ ਸਨ, ਉਹਨਾਂ ਸਾਰਿਆਂ ਦੇ ਨਾਲ ਉਹ ਜਿਹੜੀਆਂ ਮੀਟਿੰਗਸ ਹੋਈਆਂ, ਟੋੜਾ ਸਾਹਿਬ ਨੇ ਉਹਦੇ 'ਚ ਇਹ ਵੀ ਦਰਜ ਕਰਾਇਆ ਉਹਨਾਂ ਮੀਟਿੰਗਾਂ ਦੇ ਵਿੱਚ ਕੀ ਗੱਲਬਾਤ ਹੋਈ, ਔਰ ਖਾਸ ਕਰਕੇ ਜਿਹੜਾ ਉਹ ਉਹਨਾਂ ਨੇ ਦੱਸਿਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਸਾਨੂੰ ਸਾਡੇ 'ਤੇ ਤਸ਼ੱਦਦ ਕਿਉਂ ਕੀਤਾ, ਤੁਸੀਂ ਕਿਉਂ ਹਰਿਆਣੇ 'ਚ ਸਿੱਖਾਂ ਦੇ ਉੱਤੇ ਤਸ਼ੱਦਦ ਕੀਤਾ, ਉਹਨਾਂ ਨੇ ਜੋ ਜਵਾਬ ਦਿੱਤੇ ਉਹ ਕਮਾਲ ਦਾ, ਇਤਿਹਾਸ ਦਾ ਇੱਕ ਵਰਕਾ ਹੈ ਜਿਹੜਾ ਕਿ ਹੋਰ ਕਿਧਰੇ ਵੀ ਦਰਜ ਨਹੀਂ ਹੋਇਆ। ਸਾਨੂੰ ਇੰਤਜ਼ਾਰ ਹੈ ਤੁਹਾਡੀਆਂ ਕਾਲਸ ਦਾ, ਅਸੀਂ ਆਪ ਨਾਲ ਉਸ ਦਸਤਾਵੇਜ਼ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਜਿਹੜਾ ਕਿ ਬਹੁਤ ਹੀ ਕਮਾਲ ਦਾ ਇੱਕ ਇਤਿਹਾਸਕ ਡਾਕੂਮੈਂਟ ਹੈ ਔਰ ਸਹੀ ਮਾਇਨੇ ਦੇ ਵਿੱਚ ਇੱਕ ਵਾਈਟ ਪੇਪਰ ਹੈ। ਸਾਡੀ ਕੋਸ਼ਿਸ਼ ਹੈ ਤੁਹਾਡੀਆਂ ਕਾਲਸ ਲੈ ਕੇ ਤੁਹਾਡੇ ਵਿਚਾਰ ਲਈਏ। ਹੈਲੋ 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 ਹਾਂਜੀ ਵੀਰ ਜੀ, ਕੌਣ ਬੋਲ ਰਹੇ ਹੋ? ਮੈਂ ਗੁਰਚਰਨ ਸਿੰਘ ਪਸੀਨ ਬੋਲ ਰਿਹਾ ਜੀ। ਹਾਂਜੀ ਹਾਂਜੀ ਪਸੀਨ ਸਾਹਿਬ, ਕੀ ਹਾਲ ਹੈ? ਜਿਹੜਾ ਬਿੱਲੂ ਸਟਾਰ ਵਾਲਾ ਜਿਹੜਾ ਕੇਸ ਹੈ, ਹਾਂਜੀ, 10 ਕਰੋੜ ਰੁਪਇਆ ਕੋਈ ਚੀਜ਼ ਨਹੀਂ ਹੈਗੀ। ਜੇ ਕੇਸ ਵਿੱਚ ਜਾਣ ਹੋਵੇ ਸਾਰੇ ਸਿੱਖ ਉਸਨੂੰ ਇਕੱਠਾ ਕਰਕੇ ਦੇ ਸਕਦੇ ਹਾਂ। ਹਾਂਜੀ 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 ਹਾਂਜੀ, ਨਹੀਂ ਬਹੁਤ ਬਹੁਤ ਗੰਭੀਰ ਹੈ ਗੱਲ ਤਾਂ ਹੈ। ਦੇਖੋ ਕੇਸ ਕਰਨਾ, ਟੈਰਿਸਟ ਦਾ ਪਾਕਿਸਤਾਨ ਟੈਰਿਸਟ ਦਾ ਕੇਸ ਚੱਲਦਾ ਜੀ, ਉਹ ਫਟਾਫਟ ਫੈਸਲਾ ਆ ਜਾਂਦਾ ਜੀ। ਅੱਜ ਇਸ ਨੂੰ 25-26 ਸਾਲ ਹੋ ਗਏ ਤੇ ਇਸ ਦਾ ਅੱਜ ਦਿਨ ਤੱਕ ਫੈਸਲਾ ਨਹੀਂ ਆ ਰਿਹਾ, ਕੋਈ ਗੱਲਬਾਤ ਨਹੀਂ, ਕੁਛ ਨਹੀਂ, ਕੀ ਚੱਕਰ ਹੈ? ਕੀ ਅਦਾਲਤਾਂ ਸਾਡੇ ਮੁਲਕ ਦੀਆਂ, ਕੀ ਅਦਾਲਤਾਂ? ਉਹਦੇ ਵਾਸਤੇ ਸਪੈਸ਼ਲ ਰਿਪੋਰਟ ਬਣ ਜਾਂਦੀ ਹੈ, ਸਭ ਕੁਝ ਹੋ ਜਾਂਦੀ ਹੈ ਟੈਰਿਸਟ ਵਾਸਤੇ, ਤੇ ਪਰ ਸਾਡੇ ਵਾਸਤੇ ਕੁਛ ਨਹੀਂ ਹੁੰਦਾ। ਮੈਂ ਅਦਾਲਤ ਬਾਰੇ ਕੁਛ ਨਹੀਂ ਕਹਾਂਗਾ, ਕੰਟੈਂਪਟ ਆਫ ਕੋਰਟ ਕੋਰਟ ਹੋ ਜਾਏਗੀ। ਜਿਹੜੀ ਗੱਲ ਮੈਂ ਕਹਿ ਰਿਹਾ, ਮੈਂ ਕੋਰਟ ਨੂੰ ਮਤਾ ਸਾਡੇ ਹੁਕਮ ਦੇ ਕੀ ਹੈ, ਸਾਡੀ ਉੱਥੇ ਅਦਾਲਤ ਕੀ ਚੀਜ਼ ਹੈ ਜੀ, ਲਾਅ ਕੀ ਚੀਜ਼ ਹੈ, ਮੈਂ ਤਾਂ ਉਸ ਬਾਰੇ ਗੱਲ ਕਰ ਰਿਹਾ। ਜੀ ਹਾਂ ਜੀ ਹਾਂ ਜੀ ਹਾਂ, ਨਹੀਂ ਕਾਨੂੰਨ ਜਿਹੜਾ ਹੈ ਉਹ ਜਿਵੇਂ ਕਿਹਾ ਜਾਂਦਾ ਨਾ ਕਿ ਕਾਨੂੰਨ ਅੰਨਾ ਹੁੰਦਾ, ਪਰ ਇੱਥੇ ਤਾਂ ਕਾਨੂੰਨ ਲੰਗੜਾ ਵੀ ਹੈ, ਸੋ ਇਹ ਬੜਾ ਸਲੋਅ ਚੱਲਦਾ ਹੈ, ਤੋ ਇਸ ਕਰਕੇ ਇਹਦੇ 'ਤੇ ਕੋਈ ਗਿਲਾ ਨਹੀਂ ਕਰਨਾ ਚਾਹੀਦਾ, ਇਹ ਇਸੇ ਸਪੀਡ ਨਾਲ ਹੀ ਚੱਲਦਾ ਰਹੇਗਾ। ਬਹੁਤ ਬਹੁਤ ਧੰਨਵਾਦ ਪਸੀਨ ਸਾਹਿਬ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਕਾਲਿਕਾ ਹੈ। ਕੌਣ ਬੋਲ ਰਹੇ ਜੀ? ਡਾਕਟਰ ਕਾਲਿਕਾ ਹੈ। ਹਾਂਜੀ ਕਾਲਿਕ ਸਾਹਿਬ, ਹਾਂਜੀ ਵਿਸਕਾਨਸਨ ਤੋਂ ਬੋਲ ਰਿਹਾ। ਹਾਂਜੀ ਹਜ਼ੂਰ, ਹੁਕਮ ਕਰੋ। ਹਾਂਜੀ ਜੀ,
ਤੁਹਾਡਾ ਸ਼ੋਅ ਬਹੁਤ ਵਧੀਆ ਜੀ, ਆਈ ਰੀਅਲੀ ਇੰਜੋਏਡ ਇਟ ਜੀ। ਤੇ ਉਹਦੇ ਵਿੱਚ ਜਿਹੜੀ ਮੇਨ ਗੱਲ ਕਰਨ ਵਾਲੀ ਇਹ ਸੀ ਵੀ ਟੌੜਾ ਸਾਹਿਬ ਦੀ ਜਿਹੜੀ ਹੈਗੀ ਉਹ ਵਰਡਿੰਗ ਤੁਸੀਂ ਗੱਲ ਕਰ ਰਹੇ ਸੀ, ਬੜਾ ਐਫਰਟ ਹੈਗਾ ਉਸ ਤੋਂ ਕਿਤਾਬ ਛਾਪ ਕੇ ਲੋਕਾਂ ਦੇ ਵਿੱਚ ਕਿਉਂ ਨਹੀਂ ਪਬਲਿਸਾਈਜ਼ ਕੀਤੀ ਜਾਂਦੀ, ਬਿਲਕੁਲ ਬਿਲਕੁਲ ਉਹੀ ਮੈਂ ਸਾਡਾ ਮਕਸਦ ਵੀ ਇਹੀ ਸੀ, ਕਿਉਂਕਿ ਆਮ ਤੌਰ ਦੇ ਉੱਤੇ ਅਖਬਾਰੀ ਬਿਆਨ ਆਉਣੇ ਹੋਰ ਹੁੰਦਾ, ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਲੀਡਰਸ ਆਪਣੇ ਮੈਮੋਇਰਸ ਨਹੀਂ ਲਿਖਦੇ, ਉਹ ਆਪਣੀ ਗੱਲਬਾਤ ਜ਼ਾਹਿਰ ਨਹੀਂ ਕਰਦੇ। ਪਰ ਇੱਥੇ ਟੌੜਾ ਸਾਹਿਬ ਨੇ ਬਹੁਤ ਹੀ ਵਿਸਥਾਰ ਨਾਲ ਇੱਕ ਇੱਕ ਛੋਟੇ ਛੋਟੇ ਨੁਕਤੇ ਨੂੰ ਕਿ ਉਹਦੇ ਵਿੱਚ ਹਰਿਮੰਦਰ ਸਾਹਿਬ ਦਾ ਨਕਸ਼ਾ ਕਿੱਦਾਂ ਦਾ ਹੈ, ਉਹਦੇ 'ਚ ਮਰਿਆਦਾ ਕੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਹਨ, ਕੀ ਅਸਥਾਨ ਹੈ, ਸ੍ਰੀ ਅਕਾਲ ਤਖਤ ਸਾਹਿਬ ਕੀ ਹੈ, ਉਹਦੀ ਮਰਿਆਦਾ ਕੀ ਹੈ, ਸਾਡੇ ਮੀਰੀ ਪੀਰੀ ਦਾ ਸੰਕਲਪ ਕੀ ਹੈ, ਉਹਦੇ ਵਿੱਚ ਬਹੁਤ ਕੁਛ ਹੈ। ਔਰ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਘਟਨਾਵਾਂ ਉਹ ਸਾਰੇ ਵਕਫੇ ਦੌਰਾਨ ਵਾਪਰੀਆਂ, ਜਿਹਦੇ 'ਚ 1975 ਦੀ ਐਮਰਜੈਂਸੀ, ਉਸ ਤੋਂ ਬਾਅਦ ਦੀਆਂ, ਉਹਨਾਂ ਨੇ ਸਾਰਾ ਕੁਛ ਅੰਕਿਤ ਕੀਤਾ। ਤੋ ਉਹ ਬਹੁਤ ਤੁਹਾਡੀ ਰਾਏ ਬੜੀ ਅੱਛੀ ਹੈ ਕਿ ਉਸ ਨੂੰ ਜ਼ਰੂਰ ਵੱਡੀਆਂ ਵਾਕਾ ਤੁਹਾਨੂੰ ਦੇਣਾ ਚਾਹਨਾ ਮੈਂ ਕਿ ਮੀਡੀਆ ਹਾਲ ਤੱਕ ਇਸ ਤੋਂ ਬੜਾ ਪਾਸੇ ਰਿਹਾ ਜੀ ਤੇ ਇਹਦੇ ਬਿਲਕੁਲ ਨੇੜੇ ਨਹੀਂ ਲੱਗਿਆ। ਨਹੀਂ ਬਿਲਕੁਲ ਇਨਵਾਲ ਹੋ ਰਹੇ ਹੋ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਲੰਮਾ ਸਾਹਿਬ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਪਰਮਜੀਤ ਸਿੰਘ ਬੋਲ ਰਿਹਾ ਜੀ। ਹਾਂਜੀ, ਕਿੱਥੋਂ ਵੀਰ ਜੀ? ਮੈਂ ਨਿਊ ਜਰਸੀ ਤੋਂ ਬੋਲ ਰਿਹਾ ਜੀ। ਹਾਂਜੀ ਪਰਮਜੀਤ ਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਜੀ, ਮਤਲਬ ਤੁਸੀਂ ਮਤਲਬ ਸਾਰਿਆਂ ਦੇ ਸੁਝਾਅ ਲੈਂਦੇ ਹੋ ਮਤਲਬ, ਹੈ ਨਾ ਜੀ? ਹਾਂਜੀ, ਤੇ ਤੁਸੀਂ ਉਹਨਾਂ ਦਾ ਫਿਰ ਜਦੋਂ ਸੁਝਾਅ ਲੈਂਦੇ ਹੋ ਤੇ ਕੀ ਉਹਨਾਂ ਦਾ ਡਿਸੀਜਨ ਕੀ ਦਿੰਦੇ ਹੋ ਤੁਸੀਂ? ਦੇਖੋ ਨਿਰਣਾ ਤੇ ਮੈਂ ਕੋਈ ਜੱਜ ਤੇ ਹੈ ਨਹੀਂ ਨਾ, ਮੈਂ ਕੋਈ ਡਿਸੀਜਨ ਦੇਣਾ ਹੈਗਾ, ਡਿਸੀਜਨ ਤੇ ਜੱਜ ਦਿੰਦਾ। ਮੀਡੀਆ ਦਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਚੇਤਨਤਾ ਪੈਦਾ ਕੀਤੀ ਜਾਏ, ਔਰ ਤੁਹਾਡੀ ਗੱਲ ਜਿਹੜੇ ਸਾਡੇ ਆਗੂ ਹੈ, ਜਿਹੜੇ ਸਾਡੇ ਕਰਤਾ ਧਰਤਾ ਹੈ, ਉਹਨਾਂ ਤੱਕ ਤੁਹਾਡੀ ਗੱਲ ਪਹੁੰਚਾਈ ਜਾਏ, ਔਰ ਉਹਨਾਂ ਤੱਕ ਉਹ ਗੱਲ ਜ਼ਰੂਰ ਪਹੁੰਚਦੀ ਹੈ। ਔਰ ਇਸ ਕਹੀ ਹੋਈ ਗੱਲ ਦਾ, ਤੁਹਾਡੇ ਵਿਚਾਰਾਂ ਦਾ ਉਹ ਨੋਟਿਸ ਵੀ ਲੈਂਦੇ ਹਨ, ਔਰ ਉਸ ਦੇ ਉੱਤੇ ਉਹ ਗੱਲਬਾਤ ਵੀ ਕਰਦੇ ਹਨ, ਔਰ ਸਹੀ ਮਾਇਨੇ ਦੇ ਵਿੱਚ ਉਹ ਵਿਚਾਰ ਵੀ। ਮੈਂ ਤੁਹਾਨੂੰ ਇੱਕ ਮੈਸੇਜ ਦਵਾਂ, ਤੁਸੀਂ ਮੇਰਾ ਮੈਸੇਜ ਪਹੁੰਚਾਓਗੇ ਫਿਰ? ਮਤਲਬ ਤੁਸੀਂ ਬੋਲੋਗੇ ਤੇ ਨਾਲ ਹੀ ਪਹੁੰਚ ਜਾਏਗਾ ਉਹਨਾਂ ਕੋਲ, ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ। ਤੁਸੀਂ ਦਿਓ ਮੈਸੇਜ ਕੀ ਹੈ? ਉਹ ਵੀ 118 ਵਾਲੇ ਗੁਰਦੁਆਰਾ ਸਾਹਿਬ ਤੋਂ ਜਿਹੜੇ ਬੰਦੇ ਆਉਂਦੇ ਨੇ ਬਾਬਾ ਮੱਖਣ ਸ਼ਾਹ ਲਬਾਣਾ, ਉਹਨਾਂ ਨੂੰ ਮਨਾ ਕਰ ਦਿਓ, ਆਪਣਾ ਮੱਖਣ ਸ਼ਾਹ ਲਬਾਣਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਚੱਲ ਰਿਹਾ ਹੈ, ਮਤਲਬ ਉਹ ਆਣ ਕੇ ਇਹਨਾਂ ਨੂੰ ਖਰਾਬ ਕਰਦੇ ਨੇ ਤੇ ਇਸ ਕਰਕੇ ਉਹ ਜੋ ਟੀਮ ਵਰਕ ਜਿਹੜਾ ਸਾਰਾ ਕੁਛ ਖਰਾਬ ਹੋਇਆ ਹੈ, ਜੇ ਉਹ ਆਉਣਾ ਬੰਦ ਹੋ ਜਾਣ ਤੇ ਐਵਰੀਥਿੰਗ ਇਜ਼ ਫਾਈਨ। ਮੈਨੂੰ ਨਹੀਂ ਸਮਝ ਆਉਂਦੀ ਜਿਹੜਾ ਮੁੱਦਾ ਮੈਂ ਅੱਜ ਦਾ ਲੈ ਰਿਹਾ ਸੀ ਉਹਦਾ ਇਹਦੇ ਨਾਲ ਕੋਈ ਤਲਕ ਹੈ ਜਾਂ ਨਹੀਂ ਹੈ, ਮੈਂ ਕੁਛ ਕਹਿ ਨਹੀਂ ਸਕਦਾ। ਪਰ ਠੀਕ ਹੈ, ਤੁਹਾਡੇ ਵਿਚਾਰ ਹੈ, ਤੁਹਾਡਾ ਸੁਨੇਹਾ ਮੈਂ ਨਹੀਂ ਪਹੁੰਚਾਵਾਂਗਾ, ਤੁਸੀਂ ਪਹੁੰਚਾ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਦਰਸ਼ਕੋ, ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਸਾਡੀ ਬੇਨਤੀ ਹੈ ਅਸੀਂ ਮੁੱਦੇ 'ਤੇ ਗੱਲ ਕੀਤਾ ਕਰੀਏ, ਤੁਹਾਡੀਆਂ ਆਪਸੀ ਅਦਾਵਤਾਂ, ਰੰਜਿਸ਼ਾਂ, ਤੁਹਾਡੇ ਗਿਲੇ ਸ਼ਿਕਵੇ ਹੋਣਗੇ, ਜ਼ਰੂਰ ਉਸ ਦਾ ਨਿਪਟਾਰਾ ਕੀਤਾ ਜਾਏ, ਜ਼ਰੂਰ ਉਸ ਦਾ ਹੱਲ ਲੱਭਿਆ ਜਾਏ। ਗੁਰਮਤਿ ਦੇ ਦਾਇਰੇਕਾਰ ਦੇ ਅੰਦਰ ਰਹਿੰਦਿਆਂ ਹੋਇਆਂ, ਸਿੱਖ ਅਸੂਲਾਂ ਦੇ ਅੰਦਰ ਰਹਿੰਦਿਆਂ ਹੋਇਆਂ, ਜ਼ਰੂਰ ਉਸ ਦਾ ਕੀਤਾ ਜਾਏ। ਅਸੀਂ ਗੱਲ ਸਿਧਾਂਤਕ ਤੌਰ ਦੇ ਉੱਤੇ ਕਰ ਸਕਦੇ ਹਾਂ, ਪ੍ਰਿੰਸੀਪਲਸ ਦੀ ਕਰ ਸਕਦੇ ਹਾਂ, ਔਰ ਬਿਨਾਂ ਕਿਸੇ ਪੱਖਪਾਤ ਦੇ ਅਸੀਂ ਉਸਨੂੰ ਕਰਦੇ ਹਾਂ। ਤੁਸੀਂ ਲਾਈਨ 'ਤੇ ਬਣੇ ਰਹੋ, ਤੁਸੀਂ ਸਾਨੂੰ ਕਾਲ ਕਰੋ 7187865221 ਦੇ ਉੱਤੇ। ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਅਸੀਂ ਇਸ ਪ੍ਰੋਗਰਾਮ ਨੂੰ ਇੱਦਾਂ ਹੀ ਜਾਰੀ ਰੱਖਾਂਗੇ, ਔਰ ਤੁਹਾਡੇ ਵਿਚਾਰ ਅਸੀਂ ਲਵਾਂਗੇ। ਇੱਕ ਵਕਫਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਮੁੜ ਨਿੱਘਾ ਸਵਾਗਤ ਹੈ। ਅਸੀਂ ਆਪ ਨਾਲ ਉਸ ਗੰਭੀਰ ਮੁੱਦੇ ਦੀ ਗੱਲ ਕੀਤੀ ਜਿਹੜਾ ਕਿ ਹਰਿਮੰਦਰ ਸਾਹਿਬ ਦੇ ਉੱਤੇ ਹਮਲੇ ਲਈ 1000 ਕਰੋੜ ਦਾ ਦਾਅਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ।
1985 'ਚ ਮੁਕੱਦਮਾ ਕੀਤਾ ਗਿਆ ਔਰ ਇਤਨੇ ਸਾਲਾਂ ਦੇ ਬਾਅਦ ਹਾਲੇ ਵੀ ਉਹ ਕਿਸੇ ਪਾਸੇ ਨਹੀਂ ਲੱਗਾ। ਸਰਦਾਰ ਐਚ ਐਸ ਫੂਲਕਾ ਨੇ ਪੂਰੇ ਵਿਸਥਾਰ ਸਹਿਤ ਆਪ ਨੂੰ ਦੱਸਿਆ। ਤੁਹਾਡੇ ਵਿਚਾਰ ਬਹੁਤ ਹੀ ਕੀਮਤੀ ਹਨ। 7187865221 ਦੇ ਉੱਤੇ ਜ਼ਰੂਰ ਤੁਸੀਂ ਵਿਚਾਰ ਦਿਓ। ਹੈਲੋ, ਹਾਂਜੀ ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੇ ਜਿਹੜਾ ਹੁਣ ਪੰਜਾਬ ਦਰਬਾਰ ਸਾਹਿਬ ਤੋਂ ਪ੍ਰੋਗਰਾਮ ਆ ਰਿਹਾ ਹੈ, ਇਹ ਪਸੀਨ ਸਾਹਿਬ, ਪਸੀਨ ਸਾਹਿਬ ਬੋਲ ਰਹੇ? ਹਾਂਜੀ ਹਾਂਜੀ ਪਸੀਨ ਸਾਹਿਬ। ਹਾਂ, ETC ਔਰ PTC ਦੇ ਵਿੱਚ ਆਪਸ ਵਿੱਚ ਮੇਲ ਮਿਲਾਪ ਹੋ ਕੇ ਉਹਨਾਂ ਨੇ ਕੋਈ ਐਗਰੀਮੈਂਟ ਕੀਤਾ ਜੀ। ਜਿਹੜਾ ਇੰਡੀਆ 'ਚ ਪ੍ਰੋਗਰਾਮ ਆਉਂਦਾ ਉਹ PTC ਤੇ ਆਉਂਦਾ ਜੀ, ਜਿਹੜਾ ਸਾਡੇ ਇੱਥੇ ਆਉਂਦਾ ਅਮਰੀਕਾ 'ਚ ਉਹ ETC 'ਚ ਆਉਂਦਾ। ਜਿੱਥੇ PTC ਲਿਖਿਆ ਹੁੰਦਾ ਉਹਨਾਂ ਦੀ ਰਿਕਾਰਡਿੰਗ ਹੈਗੀ ਹੈ, ਉਹਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਜਾਂ ਹਰਿਮੰਦਰ ਸਾਹਿਬ ਕੀ ਲਿਖਿਆ ਆ ਜਾਂਦਾ। ਠੀਕ ਹੈ, ਤੇ ਉਹ ਫਿਰ ETC ਨਾਲ ETC ਕਰਕੇ ਉਹ ਬ੍ਰੋਡਕਾਸਟ ਕਰ ਲੈਂਦੇ। ਠੀਕ ਹੈ ਜੀ, ਤੁਹਾਡੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਨੱਥਾ ਸਿੰਘ, ਪ੍ਰੇਮ ਸਿੰਘ, ਵਨ ਐਂਡ ਦੀ ਸੇਮ ਥਿੰਗ, ਬਹੁਤ ਬਹੁਤ ਸ਼ੁਕਰੀਆ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕੁਮਾਰ ਜੀ, ਕੀ ਹਾਲ ਹੈ ਜੀ? ਬਿਲਕੁਲ ਠੀਕ ਠਾਕ ਜੀ, ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ ਜੀ। ਜੀ ਸਾਹਿਬ ਨਾਲ ਤੁਹਾਡੀ ਗੱਲਬਾਤ ਜਿਹੜੀ ਹੋਈ ਹੈ ਉਹ ਵੀ ਬੜੇ ਧਿਆਨ ਨਾਲ ਸੁਣੀ ਮੈਂ ਜੀ, ਤੇ ਬਹੁਤ ਹੀ ਚੰਗਾ ਲੱਗਾ ਕਿ ਸੀਨੀਅਰ ਐਡਵੋਕੇਟ ਸਾਹਿਬ ਨੂੰ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਲੈ ਕੇ ਆਏ ਜੀ। ਮੁੱਦਾ ਬੜਾ ਅਹਿਮ ਹੈ ਤੇ ਇੰਨੇ ਚਿਰ ਤੇ ਹੁਣ ਜਿਹੜੇ 30 ਡੇਜ਼ ਉਹਨਾਂ ਨੇ ਕਹੇ ਆ, ਹਾਂਜੀ, ਹੁਣ ਤੋਂ ਪ੍ਰੀਪੇਅਰ ਕਿਉਂ ਨਹੀਂ ਹੋ ਜਾਂਦੇ ਕਿ ਅਸੀਂ ਇਕਮੁੱਠ ਹੋ ਕੇ ਇਹ ਫੈਸਲਾ ਜਿਹੜਾ ਆ ਇਹ ਸਾਡਾ ਫੈਸਲਾ ਆ। ਹਾਂਜੀ ਹਾਂਜੀ, ਤੇ ਹੁਣ 30 ਡੇਜ਼ ਦਾ ਜਿਹੜਾ ਟਾਈਮ ਹੈ, ਹਾਂਜੀ, 30 ਡੇਜ਼ ਦੇ ਟਾਈਮ ਤੋਂ ਇੱਕ ਮੈਂ ਕਹੂੰਗਾ ਕਿ ਸਾਡੇ ਜਿਹੜਾ ਹੁਣ ਮੱਖਣ ਸ਼ਾਹ ਲਬਾਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ, ਇਹ ਜਿਹੜਾ ਚੱਲ ਰਿਹਾ ਉਹ ਹਰ ਜਗ੍ਹਾ ਕਿ ਹੁਣ ਸਮਝ ਲਓ ਨਾਨਕ ਸ਼ਾਹੀ ਕਲੈਂਡਰ ਤੇ ਆ ਗਈ ਗੱਲ, ਉੱਥੇ ਹਜੇ ਤੱਕ ਵੀ ਚੱਲ ਰਹੀ ਆ, ਜਦਕਿ SDP ਜੀ ਨੇ ਕਹਿ ਦਿੱਤਾ ਇਹ ਹੋਣਾ ਚਾਹੀਦਾ। ਇਹ ਜਿਹੜੀ ਚੀਜ਼ ਆ ਇਸ ਮੁੱਦੇ ਤੇ ਇਹ ਨਾ ਹੋਵੇ, ਮੈਂ ਸਿੱਖ ਧਰਮ ਨੂੰ, ਸਿੱਖ ਕੌਮ ਨੂੰ ਇਹ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਹ ਜਿਹੜਾ ਹੋਇਆ ਸੀ ਹੋਇਆ ਵੀ ਬਹੁਤ ਜ਼ਿਆਦਾ ਗਲਤ ਤੇ ਗਲਤ ਕਰਮਾਂ ਕਰਕੇ ਵੀ ਹੋਇਆ ਜੀ। ਮੇਰੇ ਨਾਲ ਜਿਹੜੀ ਪਰਸਨਲ ਵਾਪਸੀ ਵਾਪਰੀ ਰਹੀ ਹੈ, ਮੈਂ ਏਅਰਪੋਰਟ ਤੋਂ ਪਹਿਲਾਂ ਗਿਆ ਸੀ ਗੁਰਦੁਆਰੇ, ਮੈਂ ਜਾਂਦਾ ਸੀ ਹਰ ਹਫ਼ਤੇ, ਹਾਂਜੀ, ਮੇਰੀ ਆਦਤ ਹੈ ਟਾਈ ਲਾ ਕੇ ਡਰੈਸਅਪ ਹੋ ਕੇ ਜਿਵੇਂ ਤੁਸੀਂ ਬੈਠੇ ਹੋ, ਆਪਣੀ ਜਿਹੜੀ ਮੇਰੀ ਸ਼ਖਸੀਅਤ ਹੈ ਉਸੇ ਹਿਸਾਬ ਦੀ ਹੈ ਕਿ ਮੈਂ ਸ਼ੁਰੂ ਤੋਂ ਕਾਲਜ ਟਾਈਮ ਤੋਂ ਲੈ ਕੇ ਮੈਂ ਟਾਈ ਤੋਂ। ਰਾਜਕੁਮਾਰ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਬਸ ਤੁਸੀਂ ਨਾ ਫਿਰ ਆਪਾਂ ਹੋਰ ਵਿਸਥਾਰ ਸਹਿਤ ਕਰਾਂਗੇ, ਸਾਨੂੰ ਇਜਾਜ਼ਤ ਦਿਓ, ਇੱਕ ਦੋ ਕਾਲਸ ਬਹੁਤ ਜ਼ਰੂਰੀ ਲੈਣੀ ਹੈ, ਫਿਰ ਆਪਣਾ ਗੱਲ ਕਰਾਂਗੇ ਜੀ। ਨਹੀਂ 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 ਜਿਆਦਾ ਜੀ, ਮੈਂ ਤਾਂ ਗੱਲ ਇਹ ਹੈ ਕਿ ਪਹਿਲਾਂ ਪ੍ਰੀਪੇਅਰ ਹੋ। ਹਾਂਜੀ ਠੀਕ ਹੈ ਜੀ, ਜ਼ਰੂਰ ਅਸੀਂ ਉਹਨਾਂ ਨੂੰ ਸੁਨੇਹਾ ਮਿਲ ਗਿਆ ਔਰ ਸਾਡਾ ਉਹਨਾਂ ਨੂੰ ਲਿਆਉਣ ਦਾ ਮਕਸਦ ਵੀ ਇਹੀ ਸੀ ਕਿ ਫੂਲਕਾ ਸਾਹਿਬ ਦੇ ਰਾਹੀਂ ਅਸੀਂ ਉਹ ਸੁਨੇਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਪੰਥਕ ਸੰਸਥਾਵਾਂ ਨੂੰ ਦੇ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ, ਕੌਣ ਬੋਲ ਰਹੇ ਜੀ? ਹਾਂਜੀ ਮੈਂ ਲਖਵੀਰ ਸਿੰਘ ਬੋਲ ਰਿਹਾ ਜੀ, ਇੰਡੀਅਨਐਪਲਸ ਤੋਂ। ਹਾਂਜੀ ਵੀਰ ਜੀ, ਹੁਕਮ ਕਰੋ। ਹਾਂਜੀ, ਆਪ ਅੰਮ੍ਰਿਤਸਰ ਕਹਿ ਰਹੇ ਸੀ, ਆਪਣਾ ਚੌੜਾ ਸਾਹਿਬ ਨੇ ਕਿਹਾ, ਉਹਨੇ ਪੁੱਛਿਆ ਕਿ ਅਟੈਕ ਕਿਉਂ ਹੋਇਆ ਉੱਥੇ ਜੀ। ਅਟੈਕ ਦੇ ਕਾਰਨ ਇਹ ਹੁੰਦਾ ਕਿ ਜੇ ਕੋਈ ਇਹ ਅਟੈਕ ਤੋਂ ਬਾਅਦ ਤਾਂ ਕੋਈ ਮੀਟਿੰਗ ਹੋਈ ਨੀ ਨਾ, ਇਹ ਅਟੈਕ ਤੋਂ ਪਹਿਲੇ ਦੀ ਸੀ ਕਿ ਹਰਿਆਣੇ ਦੇ ਵਿੱਚ ਸਾਨੂੰ ਕਿਉਂ ਰੋਕਿਆ ਗਿਆ, ਏਸ਼ੀਆਡ ਵੇਲੇ ਕਿਉਂ ਸਾਨੂੰ ਉਹਦੇ ਬਾਰੇ ਠੀਕ ਹੈ ਦੱਸੋ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਕਿਹਨਾਂ ਨਾਲ ਬੋਲ ਰਿਹਾ? ਲਾਂਬਾ ਸਾਹਿਬ। ਮੈਂ ਲਾਂਬਾ ਬੋਲ ਰਿਹਾ ਜੀ, ਗੁਰਚਰਨਜੀਤ ਸਿੰਘ। ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਸ਼ੋਅ ਬੜਾ ਅੱਛਾ ਜੀ, ਤੁਸੀਂ ਬੜੀ ਗੰਭੀਰਤਾ ਨਾਲ ਇਹ ਸਭ ਕੁਝ ਦੱਸਦੇ ਹੋ ਜੀ, ਮੈਂ ਤੁਹਾਡਾ ਸ਼ੋਅ ਦੇਖਦਾ ਜੀ। ਇੱਕ ਦੋ ਗੱਲਾਂ ਨੇ, ਮੇਰਾ ਆਪਣਾ ਖਿਆਲ ਹੈ ਕਿ
ਗਿਣਤੀ ਦਾ ਕਰਕੇ ਸੀ ਕਿ ਗਿਣਤੀ ਬਹੁਤ ਘੱਟ ਹੈਗੀ ਆ। ਨਹੀਂ ਨਹੀਂ ਦੱਸੋ ਦੱਸੋ ਕੀ ਕਹਿਣਾ ਚਾਹੁੰਦੇ ਹੋ? ਦੂਸਰੀ ਗੱਲ ਇਹ ਹੈ ਕਿ ਉਹ ਜਦੋਂ ਇਨਕੁਆਇਰੀ ਕਮਿਸ਼ਨ ਇਹਨੇ ਬਣੇ ਨੇ ਜੀ, ਉਹਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਹ ਜਿਹਨਾਂ ਨੇ ਇੰਤਜ਼ਾਮ ਨਹੀਂ ਕੀਤਾ ਜਾਂ ਪੁਲਿਸ ਨਹੀਂ ਮੰਗਾਈ ਜਾਂ ਕੁਛ ਨਹੀਂ ਕੀਤਾ, ਉਹਨਾਂ ਦਾ ਕੋਈ ਨਾਂ ਨਹੀਂ ਲਿਆ ਜਾ ਰਿਹਾ ਕਿ ਉਹਨਾਂ ਨੇ ਕਿਉਂ ਨਹੀਂ ਕੀਤਾ। ਨਹੀਂ, ਕਿਸ ਦੇ ਬਾਰੇ ਗੱਲ ਕਰ ਰਹੇ ਹੋ ਤੁਸੀਂ? ਮੈਂ ਗੱਲ ਕਰ ਰਿਹਾ ਜਿਹੜੇ ਇਨਕੁਆਇਰੀ ਕਮਿਸ਼ਨ 84 ਦਾ ਬਣੇ ਨੇ ਜੀ, ਉਹਦੇ ਵਿੱਚ ਜਿਹੜੇ ਅਫਸਰ ਰਿਸਪੋਂਸੀਬਲ ਸੀਗੇ ਪੁਲਿਸ ਦੇ ਜਾਂ ਜੀ ਇੰਤਜ਼ਾਮੀਆ ਢਾਂਚੇ ਦੇ ਜੀ, ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਨਹੀਂ ਲਿਆ ਗਿਆ, ਗੱਲ ਤਾਂ ਇਹੀ ਹੈ ਕਿਉਂਕਿ ਇਹੀ ਤਾਂ ਗਿਲਾ ਹੈ, ਇਹੀ ਤਾਂ ਸ਼ਿਕਵਾ ਹੈ ਕਿ ਉਹ ਇਨਸਾਫ ਨਹੀਂ ਮਿਲਿਆ, ਮਿਲੇਗਾ ਕਿ ਨਹੀਂ ਮਿਲੇਗਾ। ਇਹ ਇੱਕ ਬਹੁਤ ਵੱਡੀ ਜਿਹੜੀ ਪੀੜਾ ਹੈ ਕਿ ਇੱਕ ਤਾਂ ਜ਼ੁਲਮ ਹੋ ਜਾਣਾ ਔਰ ਜ਼ੁਲਮ ਹੋਣ ਦੇ ਬਾਅਦ ਉਸਦੀ ਗੱਲ ਵੀ ਨਾ ਕਰਨੀ, ਇਹ ਜ਼ਿਆਦਾ ਜੀ ਉਸਦੇ ਉੱਤੇ ਇੱਕ ਗੰਭੀਰ ਗੱਲ ਹੈ ਜੀ। ਜੀ ਜੀ ਬਿਲਕੁਲ, ਮੀਡੀਆ ਦਾ ਰੋਲ ਇਹੀ ਹੈ ਕਿ ਉਸਨੂੰ ਉਜਾਗਰ ਕੀਤਾ ਜਾਏ ਔਰ ਲੋਕਾਂ ਦੇ ਵਿੱਚ ਅਹਿਸਾਸ ਕੀਤਾ ਜਾਏ। ਗਿਣਤੀ ਬੜੀ ਘੱਟ ਹੈ ਤੇ ਤੀਸਰਾ ਹੈ ਕਿ ਉਹ ਜੇਮ ਅਕਬਰ ਦੀ ਬੁੱਕ ਦੇ ਵਿੱਚ ਉਹਨੇ ਲਿਖਿਆ ਕਿ ਜਿਹੜੇ ਹੈਗੇ ਨੇ ਜਿਹਨਾਂ ਤੁਸੀਂ ਡੀਲ ਕਰ ਰਹੇ ਹੋ ਉਹਨਾਂ ਦਾ ਫੌਕਸੀ ਮਾਈਂਡ ਹੈਗਾ। ਹਾਂਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਥੈਂਕ ਯੂ। ਹੈਲੋ, ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ ਜੀ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅਹਿਮ ਮੁੱਦਾ ਲੈ ਕੇ ਆਏ ਅੱਜ ਤੁਸੀਂ, ਬਹੁਤ ਵਧੀਆ ਕੀਤਾ। ਫੂਲਕਾ ਸਾਹਿਬ ਨੂੰ ਲਿਆਏ ਆ। ਤੁਸੀਂ ਕੌਣ ਬੋਲ ਰਹੇ? ਆਪਣਾ ਨਾਂ ਤੇ ਦੱਸ। ਸਰਮਜੀਤ ਸਿੰਘ ਪੱਟੀ ਕੈਨੇਡਾ ਤੋਂ ਬੋਲਦਾ ਜੀ। ਹਾਂਜੀ ਵੀਰ ਜੀ, ਹੁਕਮ ਕਰੋ, ਕੀ ਕਹਿਣਾ ਜੀ? ਬਹੁਤ ਵਧੀਆ ਕੀਤਾ, ਪਰ ਇਹ ਗੱਲ ਹੈ ਤਾਂ ਵੀ ਲਾਂਬਾ ਸਾਹਿਬ ਤੁਸੀਂ ਤਾਂ ਸਿਆਣੇ ਆ, ਸਾਥੋਂ ਪੜ੍ਹੇ ਲਿਖੇ ਆ, ਤੁਹਾਨੂੰ ਪਤਾ ਵੀ ਹਿੰਦੁਸਤਾਨ ਦੇ ਵਿੱਚ ਸਿੱਖਾਂ ਲਈ ਤਾਂ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਵੀ ਉੱਥੇ ਤਾਂ ਸਾਡੀ ਸੁਣਾਈ ਹੈ ਹੀ ਨਹੀਂ, ਨਾ ਚਾਹੇ ਸਾਨੂੰ ਕੋਈ ਇਨਸਾਫ਼ ਮਿਲਿਆ ਨਾ ਮਿਲਣਾ। ਤੇ ਜਿਹੜੇ ਸਾਡੇ ਸਿੱਖ ਜਿਹੜੇ ਸਾਡੇ ਵਜ਼ੀਰ ਆ, ਜਿਹੜੇ ਸਾਡੇ ਸਿੱਖ ਲੀਡਰ ਆ, ਉਹ ਨਹੀਂ ਸਾਨੂੰ ਇਨਸਾਫ਼ ਦੇਣਾ ਚਾਹੁੰਦੇ। ਆ ਪਿੱਛੇ ਜਿਹੜੀ ਗੱਲ ਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਸੀ ਪੱਗ ਬਾਰੇ, ਮੋਹਰੇ ਜਵਾਬ ਇਹ ਦਿੱਤਾ, ਕਹਿੰਦਾ ਮੈਂ ਉਹ ਮੈਨੂੰ ਕਹੇ ਮੋਹਰੇ ਕਹਿਣ ਲੱਗੇ ਪੱਗ ਮੈਂ ਚੱਕ ਕੇ ਅਗਰੇ ਉਹਦੇ ਸਿਰ ਦੇ ਉੱਤੇ ਰੱਖ ਦਵਾਂ। ਜ਼ਰੂਰ ਆਣਗੇ, ਐਸੀ ਗੱਲ ਨਹੀਂ ਗੀ, ਪਰ ਜਿਹੜੀ ਚੀਜ਼ ਦਾ ਉਹ ਜਵਾਬ ਨਹੀਂ ਦੇ ਸਕਦੇ ਉਹਨਾਂ ਦੇ ਉੱਤੇ ਅਸੀਂ ਕਿਵੇਂ ਕਹਿ ਨਹੀਂ ਸਕਦੇ ਨਾ, ਇਸ ਕਰਕੇ। ਬਾਕੀ ਬਾਕੀ ਤੁਸੀਂ ਇੱਕ ਗੱਲ ਦੱਸਦੇ ਹਾਂ, ਬਾਕੀ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੋਵਾਂਗਾ, ਬਿਲਕੁਲ ਨਹੀਂ ਹੋਵਾਂਗਾ, ਕਿਉਂਕਿ ਮੈਂ ਦੱਸਦੇ ਹਾਂ ਕਿ ਤੁਸੀਂ ਹੈਰਾਨ ਹੋਵੋਗੇ, ਵਾਹਿਗੁਰੂ ਦੀ ਅਦ੍ਰਿਸ਼ ਕਲਾ ਵਾਪਰਦੀ ਹੈ ਪੰਜਾਬ ਦੇ। ਹਿੰਦੁਸਤਾਨ ਦੀ ਸਰਕਾਰ ਨੇ, ਹੋਮ ਮਿਨਿਸਟਰੀ ਨੇ, ਸ਼੍ਰੀ ਐਲ ਕੇ ਅਡਵਾਨੀ ਦੀ ਹੋਮ ਮਿਨਿਸਟਰੀ ਦੇ ਦੌਰਾਨ ਸਹਿਜਧਾਰੀ ਦੇ ਨਾਂ ਥੱਲੇ ਜਿਹੜੀਆਂ ਗੈਰ ਸਿੱਖਾਂ ਦੀਆਂ ਵੋਟਾਂ ਸ਼੍ਰੋਮਣੀ ਕਮੇਟੀ ਲਈ ਸੀ ਉਹ ਕੱਟ ਦਿੱਤੀਆਂ, ਉਹਨਾਂ ਨੂੰ ਹਟਾ ਦਿੱਤਾ, ਕਾਨੂੰਨ 'ਚ ਤਬਦੀਲੀ ਕਰ ਦਿੱਤੀ। ਪੰਜਾਬ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਸਿੱਖ ਜਿਹੜਾ ਹੈ ਸਹਿਜਧਾਰੀ ਵੀ ਕੇਸਾਧਾਰੀ ਹੋ ਸਕਦਾ, ਐਸੀ ਗੱਲ ਨਹੀਂ ਜਿਵੇਂ ਜਸਟਿਸ ਵੀ ਐਮ ਤਾਰਕੁੰਡੇ ਦੀ ਗੱਲ ਕੀਤੀ, ਪਚੋਲੀ ਦੀ ਗੱਲ ਕੀਤੀ, ਜਾਰਜ ਫਰਨਾਂਡਿਸ ਦੀ ਗੱਲ ਕੀਤੀ। ਬਹੁਤ ਲੋਕ ਹਨ, ਬਹੁਤ ਕਮਿਸ਼ਨ ਬਣੇ ਜਿਨ੍ਹਾਂ ਨੇ ਸਿੱਖ ਹੱਕਾਂ ਦੇ ਉੱਤੇ ਖੁੱਲ੍ਹ ਕੇ ਗੱਲ ਕੀਤੀ ਹੈ। ਸੋ ਗਿਲਾ ਠੀਕ ਹੈ, ਪਰ ਸਾਨੂੰ ਪੋਜ਼ਿਟਿਵ ਪੱਖ ਵੀ ਦੇਖਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਹੈਲੋ, ਅਸੀਂ ਅਖੀਰਲੀ ਕਾਲ ਲੈ ਕੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਜੀ ਕੌਣ ਬੋਲ ਰਹੇ ਜੀ? ਹੈਲੋ, ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਹਾਂਜੀ ਲਾਂਬਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਸਰ ਆਪਣਾ ਨਾਂ ਨਹੀਂ ਦੱਸ ਸਕਦਾ, ਮੈਂ ਨਾਂ ਨਹੀਂ ਦੱਸ ਸਕਦਾ ਜੀ ਆਪਣਾ। ਤੁਸੀਂ ਦੱਸਣਾ ਨਹੀਂ ਚਾਹੁੰਦੇ ਕਿ ਦੱਸ ਨਹੀਂ ਸਕਦੇ? ਨਹੀਂ ਮੈਂ ਦੱਸਣਾ ਨਹੀਂ ਚਾਹੁੰਦਾ ਜੀ। ਚਲੋ ਕੋਈ ਗੱਲ ਨਹੀਂ, ਗੱਲ ਕਰੋ, ਤੁਸੀਂ ਆਪਣੀ ਗੱਲ ਤੇ ਦੱਸ ਸਕਦੇ ਹੋ? ਗੱਲ ਇਸ ਤਰ੍ਹਾਂ ਜੀ ਕਿ ਜਿਹੜੀ ਸਰਕਾਰ ਦੀ ਜਾਂ ਆਪਣੀ ਗੌਰਮੈਂਟ ਦੀ ਬੇਰੁਖੀ ਮੈਂ ਹੁਣ ਤੱਕ ਦੇਖੀ ਆ ਨਾ ਜੀ, ਜੀ ਜਦੋਂ 1984 ਦਾ ਉਹ ਹੋਇਆ ਆਪਰੇਸ਼ਨ ਬਲੂ ਸਟਾਰ, ਮੈਂ ਉੱਥੇ ਹੀ ਸੀਗਾ ਜੀ। ਅੱਛਾ ਜੀ, ਠੀਕ ਹੈ ਜੀ। ਮੈਂ ਛੋਟਾ ਬੱਚਾ ਸੀਗਾ ਤੇ ਉਹਦੇ ਕਰਕੇ ਤੁਸੀਂ ਇਹ ਕਹਿ ਲਓ ਕਿ ਮੇਰੀ ਇੰਨੀ ਜ਼ਿਆਦਾ ਇਨਵੋਲਵਮੈਂਟ ਨਹੀਂ ਸੀ ਹੈਗੀ। ਠੀਕ ਹੈ ਜੀ। ਪਰ ਹੁਣ ਤੱਕ, ਉਦੋਂ ਤੋਂ ਲੈ ਕੇ ਹੁਣ ਤੱਕ ਜੋ ਮੈਂ ਸਰਕਾਰ ਦੀ ਜਾਂ ਬੇਰੁਖੀ ਦੇਖ ਰਿਹਾ ਹਾਂ ਆਪਣੀ ਕਮਿਊਨਿਟੀ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ ਜੀ,
बिल्कुल मैं यही तुहानू दस रहा कि ये जिहड़े तुहाडे सवाल है जिन्हें भी सवाल है इन्हां सारे सवालों का जवाब इन्हां सारे सवालों नू डिस्कस किया है सरदार जथेदार गुरचरण सिंह टोड़ा ने वो बयान वो दस्तावेज जिहड़ा हाई कोर्ट के विच डॉक्यूमेंटेड कराया गया सो समा आएगा कि वो सारा कुछ आप तक पहुँचेगा और काफ़ी इन कई मुद्दों तो कई जिहड़े इशूज़ हैं उन्होंने उत्तों पर्दा हटेगा। तुहानू ये प्रोग्राम किदां दा लगा तुसी सानू info@jaspunjabi.com lamba@jaspunjabi.com दे उत्ते अपने विचार जरूर लिख भेजना। कल 8:30 ईस्टर्न टाइम दे उत्ते एक प्रोग्राम होर लैके मुड़ आपकी सेवा विच हाज़र होवांगे। तद तक इजाज़त दो, बहुत बहुत शुक्रिया, धन्यवाद।